ਸਵਾਗਤ ਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਉਹਨਾਂ ਦੇ ਆਪਣੇ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਪਹੁੰਚੇਗਾ ਤੇ ਮੈਂ ਹਾਂ ਸ਼ੁਕਰਗੁਜ਼ਾਰ ਸਿੰਘ ਜੀ ਦੋਸਤੋ ਤੁਹਾਡਾ ਆਪਣਾ ਲਾਈਵ ਮਾਰਨਿੰਗ ਪ੍ਰੋਗਰਾਮ ਜਿਸ ਵਿੱਚ ਅਸੀਂ ਜੁੜਦੇ ਹਾਂ ਇੱਕ ਨਵੇਂ ਵਿਸ਼ੇ ਦੇ ਨਾਲ ਅਤੇ ਉਸ ਉੱਤੇ ਵਿਚਾਰ ਚਰਚਾ ਹੁੰਦੀ ਹੈ ਜੀ ਤੇ ਗੁਰਬਾਣੀ ਕਹਿੰਦੀ ਹੈ ਕਿ ਕਾਇਆ ਗੜ ਸੋਇਆ ਮੇਰੇ ਪ੍ਰਭ ਮੋਇਆ ਕਿਉ ਸਾਸ ਗਰਾਸ ਵਿੱਚ ਦਾ ਵਿਸਾਰੀਏ ਅਦ੍ਰਿਸ਼ਟ ਅਗੋਚਰ ਪਕੜਿਆ ਗੁਰਸਬਦੀ ਹੋ ਸਤਗੁਰ ਕੇ ਬਲਹਾਰੀਆ ਸਤਗੁਰੇ ਅਗੇ ਸੀਸ ਭੇਟ ਦਿਓ ਜੇ ਸਤਗੁਰ ਸਾਚੇ ਭਾਵੇ ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵੇ ਸਾਨੂੰ ਇਹ ਕਾਇਆ ਮਿਲੀ ਹੈ ਸਾਨੂੰ ਇਹ ਤਨ ਮਿਲਿਆ ਹੈ ਤੇ ਇਸ ਤਨ ਨੂੰ ਅਸੀਂ ਤਦ ਹੀ ਤੰਤਰ ਉਸਤ ਰੱਖ ਸਕਦੇ ਹਾਂ ਜੇ ਹੱਥੀ ਕਿਰਤ ਕਰੀਏ ਤੇ ਜੇ ਅਸੀਂ ਕਿਰਤ ਕਰਦੇ ਹਾਂ ਤੇ ਨਾਲ ਦੇ ਨਾਲ ਸੇਵਾ ਦੀ ਭਾਵਨਾ ਵੀ ਸਾਨੂੰ ਚਾਹੀਦੀ ਹੈ ਮੇਗਾ ਜੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੱਲ ਕਰੀਏ ਤਾਂ ਇੱਕੋ ਨਾਰਾ ਸਾਹਮਣੇ ਆਉਂਦਾ ਹੈ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਤੇ ਸਾਨੂੰ ਕਿਰਤ ਕਰਨੀ ਵੀ ਚਾਹੀਦੀ ਹੈ ਨਾਮ ਵੀ ਜਪਣਾ ਚਾਹੀਦਾ ਹੈ ਤੇ ਵੰਡ ਕੇ ਸ਼ਕਣਾ ਵਿਚਾਈਦਾ ਹੈ ਬਿਲਕੁਲ ਠੀਕ ਕਿਹਾ ਤੁਸੀਂ ਸ਼ੁਕਰਗੁਜ਼ਾਰ ਤੇ ਜੇ ਸੇਵਾ ਦੀ ਅਸੀਂ ਗੱਲ ਕਰਦੇ ਆ ਨਾ ਤੇ ਸੇਵਾ ਨਾਲ ਸਾਡਾ ਸਵਾਰਥੀ ਮਨ ਨਿਰਸਵਾਰਥ ਹੋ ਜਾਂਦਾ ਜਦੋਂ ਅਸੀਂ ਇਸ ਸਵਾਰਥ ਭਾਵ ਦੇ ਨਾਲ ਸੇਵਾ ਕਰਦੇ ਆ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਜ਼ਿੰਦਗੀ ਜੀਂਦਾ ਇਹ ਆਧਾਰ ਹੈ ਕਿ ਮਨ ਦੀ ਸ਼ਾਂਤੀ ਜੇ ਅਸੀਂ ਜ਼ਿੰਦਗੀ ਸੋਹਣੀ ਜੀਣੀ ਹੈ ਤੇ ਸਾਡੇ ਮਨ ਦੇ ਵਿੱਚ ਜੇ ਸ਼ਾਂਤੀ ਹੋਏਗੀ ਤਾਂ ਹੀ ਅਸੀਂ ਜ਼ਿੰਦਗੀ ਦੇ ਵਿੱਚ ਆਪਣੀ ਜ਼ਿੰਦਗੀ ਦੀ ਗੱਡੀ ਨੂੰ ਚੰਗੀ ਤਰ੍ਹਾਂ ਚਲਾ ਸਕਦੇ ਹਾਂ ਬਿਲਕੁਲ ਜੀ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦੇ ਆਫਲ ਪਾਉਮਨਾ ਹਉਮੇ ਵਿੱਚੋਂ ਜਾਏ ਅਸੀਂ ਗੱਲ ਕਰਾਂਗੇ ਕਿਰਤ ਦੀ ਗੱਲ ਕਰਾਂਗੇ ਸੇਵਾ ਦੀ ਤੇ ਗੱਲ ਕਰਾਂਗੇ ਕਿਰਤ ਅਤੇ ਸੇਵਾ ਦੇ ਨਾਲ ਆਪਣੀ ਜੀਵਨ ਜਾਂਚ ਦੀ ਕਿਸ ਤਰ੍ਹਾਂ ਆਪਣੀ ਜੀਵਨ ਨੂੰ ਢਾਲਣਾ ਹੈ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨਗੇ ਡਾਕਟਰ ਅਮਰਜੀਤ ਸਿੰਘ ਜੋ ਸਾਡੇ ਵਿੱਚ ਪਹੁੰਚੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਅਧਿਆਨ ਕੇਂਦਰ ਦੇ ਡਾਇਰੈਕਟਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਬਹੁਤ-ਬਹੁਤ ਸਵਾਗਤ ਕਰਦੇ ਹਾਂ ਸਤਿ ਨਮਸਕਾਰ ਤੇ ਆਪਣੇ ਪ੍ਰੋਗਰਾਮ ਦੇ ਸ਼ੁਰੂਆਤ ਕਰਦੇ ਹਾਂ ਕਿ ਅਸੀਂ ਅੱਜ ਕਿਰਤ ਦੀ ਗੱਲ ਕਰਨੀ ਆ ਜਿਵੇਂ ਅਸੀਂ ਸੇਵਾ ਦੀ ਗੱਲ ਕਰਨੀ ਆ ਜੀਵਨ ਜਾਂਚ ਦੀ ਗੱਲ ਕਰਨੀ ਆ ਤੇ ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਇਹ ਜਾਣਦੇ ਆ ਕਿ ਕਿਰਤ ਦੀ ਕੀ ਪਰਿਭਾਸ਼ਾ ਹੈ ਕਿਰਤ ਦੀ ਜਦੋਂ ਅਸੀਂ ਗੱਲ ਕਰਾਂਗੇ ਉਹ ਕਰਮ ਉਹ ਕਿਰਿਆ ਜੀ ਜੀ ਜਿਹੜਾ ਕੁਝ ਤਰੱਕੀ ਵਾਸਤੇ ਵਾਧੇ ਵਾਸਤੇ ਸਮਾਜ ਦੇ ਵਿੱਚ ਕੋਈ ਨਵੀਂ ਗੱਲ ਜਿਹੜੀ ਹੈਗੀ ਆ ਕਰਨ ਵਾਸਤੇ ਜਿਹੜੀ ਆ ਉਹ ਆਪਾਂ ਕਦਮ ਚੁੱਕੀਏ ਕਿਰਿਆ ਕਰੀਏ ਜੀ ਤੇ ਉਹਦੇ ਨਾਲ ਸਮਾਜ ਦੀ ਕੋਈ ਬਿਹਤਰੀ ਹੋਵੇ ਮਨੁੱਖ ਦੀ ਕੋਈ ਬਿਹਤਰੀ ਹੋਵੇ ਮਾਨਵਤਾ ਦੀ ਕੋਈ ਬਿਹਤਰੀ ਹੋਵੇ ਤੇ ਉਸ ਪੱਖ ਨਾਲ ਜਦੋਂਸੀਂ ਗੱਲ ਕਰਦੇ ਆਂ ਵੀ ਅਸਾਰੂ ਪੱਖ ਤੋਂ ਚੁੱਕਿਆ ਗਿਆ ਕੋਈ ਵੀ ਕਦਮ ਜਿਹੜਾ ਹੈਗਾ ਚਾਹੇ ਉਹ ਸਰੀਰੂ ਪੱਖ ਤੋਂ ਹੋਵੇ ਜੀ ਚਾਹੇ ਉਹ ਸਾਡਾ ਦਿਮਾਗੀ ਤੌਰ ਤੇ ਆਪਾਂ ਕੀ ਆਪਣਾ ਦਿਮਾਗ ਵਰਤ ਕੇ ਜਿਹੜਾ ਹੈਗਾ ਆਪਾਂ ਕਾਢਾਂ ਕੱਢਣ ਵਾਲੀਆਂ ਗੱਲਾਂ ਇਨਵੈਂਸ਼ਨ ਜਦੋਂ ਕਰਦੇ ਉਹ ਵੀ ਕਿਰਤ ਹੀ ਹੈ ਉਹਨਾਂ ਦੇ ਜਿਹੜੇ ਸਾਇੰਟਿਸਟ ਨੇ ਜੀ ਜੀ ਤੇ ਅੱਜ ਤਾਂ ਹੁਣ ਬਹੁਤ ਸਾਰੇ ਕਿਰਤ ਦੇ ਰੂਪ ਬਦਲ ਗਏ ਨੇ ਪਹਿਲਾਂ ਜਿਹੜਾ ਸਾਰਾ ਫਿਜ਼ੀਕਲ ਪੱਖ ਸੀ ਜਿਹੜਾ ਉਸ ਤੇ ਜ਼ੋਰ ਚੱਲਦਾ ਸੀ ਜਿਹੜਾ ਆਪਾਂ ਕਿਸਾਨੀ ਖੇਤੀ ਦੀ ਗੱਲ ਜਦੋਂ ਕਰੀਏ ਜੀ 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 ਉਹਦੇ ਵਿੱਚ ਸਰੀਰ ਦਾ ਜਿਹੜਾ ਹੈਗਾ ਉਹ ਤਾਕਤ ਦੀ ਗੱਲ ਜਿਹੜੀ ਸੀ ਉਹ ਜ਼ਿਆਦਾ ਲੱਗਦੀ ਸੀ ਲੇਕਿਨ ਅੱਜ ਜਿਹੜੇ ਆਪਾਂ ਦੇਖਦੇ ਆਂ ਕਿਰਤ ਦੇ ਜਿਹੜੇ ਬਹੁਤ ਸਾਰੇ ਰੂਪ ਆ ਗਏ ਨੇ ਜਿੱਥੇ ਜਿੱਨੇ ਸਾਡਾ ਸਰੀਰਕ ਪੱਖ ਤੇ ਉਨਾ ਜ਼ੋਰ ਨਹੀਂ ਲੱਗਦਾ ਜੀ 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 ਤੇ ਇਸ ਕਿਸਮ ਦੀਆਂ ਜੌਬਸ ਜਿਹੜੀਆਂ ਨੇ ਕਿੱਤੇ ਜਿਹੜੇ ਨੇ ਸਾਡੇ ਕੋਲ ਆ ਗਏ ਨੇ ਬਿਲਕੁਲ ਜੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਮਨ ਹਾਲੀ ਕਿਰਸਾਨੀ ਕਰਨੀ ਸ਼ਰਮ ਪਾਣੀ ਤਾਂ ਖੇਤ ਪਾਣੀ ਤਾਂ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਸਾਨੂੰ ਸਮਝਾਇਆ ਗਿਆ ਹੈ ਕਿ ਕਿਰਤ ਕਿਸ ਤਰ੍ਹਾਂ ਕਰਨੀ ਹੈ ਕਿਰਤ ਮਨ ਦੀ ਵੀ ਹੈ ਕਿਰਤ ਤਨ ਦੀ ਵੀ ਹੈ ਅਸੀਂ ਤਨ ਦੀ ਕਿਰਤ ਤੇ ਕਰਦੇ ਹਾਂ ਕਿ ਰੋਜੀ ਰੋਟੀ ਲਈ ਮਨ ਦੀ ਕਿਰਤ ਵੀ ਓਨੀ ਹੀ ਜ਼ਰੂਰੀ ਹੈ ਤੁਸੀਂ ਕਿਰਤ ਦੇ ਰੂਪ ਦੀ ਗੱਲ ਕੀਤੀ ਹੈ ਅਸੀਂ ਤੁਹਾਡੇ ਕੋਲੋਂ ਕਿਰਤ ਦੇ ਰੂਪ ਹੀ ਜਾਣ ਲਈ ਹੈ ਜਦੋਂ ਸੀ ਇਹ ਗੁਰਬਾਣੀ ਦੇ ਪੱਖ ਤੋਂ ਆਪਾਂ ਦੇਖਣਾ ਸ਼ੁਰੂ ਕਰੀਏ ਤਾਂ ਉਹਦੇ ਵਿੱਚ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਉਦਾਹਰਨਾਂ ਨੇ ਇਸ ਕਿਸਮ ਦੀਆਂ ਜਿਹੜੀਆਂ ਕਿ ਵੱਖ-ਵੱਖ ਕਿੱਤਿਆਂ ਨਾਲ ਵੱਖ-ਵੱਖ ਕੰਮਾਂ ਨਾਲ ਜੀ ਜਿਹੜੇ ਉਸ ਵੇਲੇ ਦੇ ਸਮਾਜ ਵਿੱਚ ਪ੍ਰਚਲਿਤ ਸੀ ਲੋਕਾਂ ਦੇ ਧੰਦੇ ਸਨ ਉਹਨਾਂ ਵੱਲ ਇਸ਼ਾਰੇ ਇੱਕ ਤਾਂ ਤੁਸੀਂ ਗੁਰੂ ਨਾਨਕ ਸਾਹਿਬ ਜੀ ਦਾ ਖੇਤੀ ਬਾਰੇ ਬੋਲ ਲਈ ਤੇ ਮਨਹਾਲੀ ਕਰ ਸੰਚਾਰਨੇ ਜਿਹੜੀ ਗੁਰੂ ਸਾਹਿਬ ਦੀ ਤੇ ਸਦਾਗਰੀ ਦੀ ਗੱਲ ਵੀ ਗੁਰੂ ਸਾਹਿਬ ਕਰਦੇ ਨੇ ਵਪਾਰ ਕਰਨ ਦੀ ਗੱਲ ਗੁਰੂ ਸਾਹਿਬ ਕਰਦੇ ਨੇ ਜੀ ਜੀ ਤੇ ਜਿਸ ਤਰ੍ਹਾਂ ਆਪਾਂ ਦੂਜੇ ਭਗਤ ਸਬੰਧੀ ਬਾਣੀ ਵੀ ਆਪਾਂ ਜਾਣਦੇ ਆਂ ਵੀ ਗੁਰੂ ਸਬੰਦੋਂ ਲਾ ਭਗਤਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆ ਜੀ 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 ਤੇ ਉਹਦੇ ਵਿੱਚੋਂ ਅਸੀਂ ਦੇਖੀਏ ਜਿੱਦਾਂ ਭਗਤ ਖਵੀਰ ਜੀ ਦਾ ਕਿੱਤਾ ਖਾਸ ਕਰਕੇ ਜਿਹੜਾ ਸੀ ਕਪੜਾ ਬੁਣਨ ਵਾਲਾ ਜਿਹੜਾ ਹੈਗਾ ਉਹਨਾਂ ਦੀ ਬਾਣੀ ਵਿੱਚ ਵੀ ਚੀਜ਼ਾਂ ਮਿਲਦੀਆਂ ਨੇ ਜੀ ਜੀ ਬਿਲਕੁਲ ਬਿਲਕੁਲ ਭਗਤ ਨਾਮਦੇਵ ਜੀ ਦਾ ਵੀ ਇਸ ਢੰਗ ਦੇ ਨਾਲ ਜਿਸ ਤਰ੍ਹਾਂ ਭਗਤ ਨਾਮਦੇਵ ਤਾਂ ਭਗਤ ਤਰਲੋਚਨ ਜੀ ਦੀ ਗੱਲਬਾਤ ਨੂੰ ਵੀ ਇੱਕ ਬਾਣੀ ਦੇ ਵਿੱਚ ਜ਼ਿਕਰ ਕੀਤਾ ਹੋਇਆ ਮਿਲਦਾ ਜੀ ਨਾਮਾ ਮਾਇਆ ਮੋਹਾ ਕਹਤ ਤਰਲੋਚਨ ਮੀਤ ਜੀ 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 ਤੇ ਕਾਹੇ ਸੀ ਪੇਸ਼ਾ ਲੋ ਨਾਮ ਨਾ ਲਾਉ ਉਚਿਤ ਉਹ ਥੋੜਾ ਜਿਹਾ ਉਹਨਾਂ ਦਾ ਇੱਕ ਦੂਜੇ ਨੂੰ ਲੱਗਦਾ ਜਿਹੜਾ ਹੈਗਾ ਵੀ ਤੁਸੀਂ ਉਹ ਹੈ ਉਹਨਾਂ ਦੇ ਕਿੱਤੇ ਵਾਲੇ ਪਾਸੇ ਨੂੰ ਉਦਾਹਰਨ ਦਿੱਤੀ ਹੋਈ ਵੀ ਤੁਸੀਂ ਆਪਣੇ ਕੰਮ ਦੇ ਵਿੱਚ ਕੱਪੜੇ ਵਾਲੇ ਕੰਮ ਦੇ ਵਿੱਚ ਲੱਗੇ ਰਹਿੰਨੇ ਹੋ ਜੀ 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 ਤੇ ਤੁਸੀਂ ਪਰਮਾਤਮਾ ਵਾਲੇ ਪਾਸੇ ਵੀ ਨਾਮ ਲਾਇਆ ਕਰੋ ਆਪਣਾ ਮਨ ਲਾਇਆ ਕਰੋ ਜੋੜਿਆ ਕਰੋ ਹੂੰ ਹੂੰ ਤੇ ਉਹ ਫਿਰ ਭਗਤ ਨਾਮ ਦੇ ਵੀ ਬਾਣੀ ਵਿੱਚ ਵਾਕ ਇਹ ਵੀ ਮਿਲ ਜਾਣਾ ਜਿਹੜਾ ਆਪਾਂ ਗੱਲ ਕਰਦੇ ਆਂ ਵੀ ਉਹ ਆਪਣੇ ਕਿੱਤੇ ਦੇ ਨਾਲ ਨਾਲ ਕਿਸ ਢੰਗ ਦੇ ਨਾਲ ਕਿੱਤਾ ਕਰਦੇ ਸੀ ਉਹ ਵੀ ਮਿਲਦਾ ਬਿਲਕੁਲ ਤੇ ਬਾਕੀ ਆਪਾਂ ਜਪਜੀ ਸਾਹਿਬ ਦੇ ਵਿੱਚ ਦੇਖੀਏ ਤਾਂ ਉਹਦੇ ਵਿੱਚ ਜੇਕਰ ਰਾਜਾਣਾ ਜਿਹੜਾ ਸੁਨਾਰੇ ਦੀ ਗੱਲ ਜਿਹੜੀ ਹੈਗੀ ਆ ਜੀ ਇਹ ਇਹ ਵੀ ਕਿਤਾ ਜਿਹੜਾ ਹੈ ਉਹਨਾਂ ਨੇ ਜ਼ਿਕਰ ਕੀਤਾ ਹੋਇਆ ਮਿਲਦਾ ਜੀ ਤੇ ਇਸ ਢੰਗ ਦੇ ਨਾਲ ਸਾਨੂੰ ਬਾਣੀ ਦੇ ਵਿੱਚ ਬਹੁਤ ਸਾਰੇ ਜਿਹੜੇ ਪੱਖ ਨੇ ਉਸ ਵੇਲੇ ਦੇ ਸਮਾਜ ਵਿੱਚ ਕਿੱਤਿਆਂ ਨਾਲ ਜੁੜੇ ਹੋਏ ਸਾਨੂੰ ਮਿਲ ਜਾਂਦੇ ਮਿਲ ਜਾਂਦੇ ਨੇ ਮਿਲ ਜਾਂਦੇ ਜੀ ਤੇ ਡਾਕਟਰ ਅਮਰਜੀਤ ਜੀ ਨਾਲ ਗੱਲ ਕਰੀਏ ਕਿ ਕੀਰਤ ਦਾ ਸਾਡੀ ਜ਼ਿੰਦਗੀ ਦੇ ਵਿੱਚ ਕੀ ਮਹਤਵ ਹੈ ਕਿਰਤ ਦਾ ਮਹੱਤਵ ਜਿਹੜਾ ਹੈਗਾ ਇਕੱਲਾ ਮਨੁੱਖ ਵਾਸਤੇ ਨਹੀਂ ਜਿਹੜਾ ਕੋਈ ਕੰਮ ਕਰ ਰਿਹਾ ਹੁੰਦਾ ਕਿ ਉਹਦੇ ਵਾਸਤੇ ਉਹਦਾ ਕੋਈ ਹੈਗਾ ਜਿਹੜਾ ਇੰਪੋਰਟੈਂਸ ਹੈਗੀ ਆ ਹੂੰ ਹੂੰ ਕਿਰਤ ਦਾ ਜਿਹੜਾ ਕੰਮ ਹੈ ਇਹਦੇ ਕਈ ਪੱਖ ਨੇ ਸਮਾਜ ਨਾਲ ਵੀ ਜੁੜਿਆ ਹੋਇਆ ਹੈ ਉਹ ਆਪਣੇ ਉਹਦਾ ਪਰਿਵਾਰ ਨਾਲ ਵੀ ਜੁੜਿਆ ਹੋਇਆ ਹੈ ਤੇ ਸਮਾਜ ਨਾਲ ਤਾਂ ਗੱਲ ਉਹਦੀ ਜੁੜਨੀ ਜੁੜਨੀ ਜਿਹੜੀ ਹੈਗੀ ਆ ਜੇ ਕਿਰਤ ਕੋਈ ਮਨੁੱਖ ਨਹੀਂ ਕਰਤਾ ਹੂੰ ਤੇ ਉਹ ਸਮਾਜ ਦੇ ਉੱਤੇ ਇੱਕ ਕਿਸਮ ਦਾ ਬੋਝ ਬਣ ਜਾਂਦਾ ਜੀ ਜੀ ਤੇ ਇਸ ਪੱਖ ਤੋਂ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਹੈ ਬੜਾ ਵਧੀਆ ਸਮਝਾਇਆ ਹੋਇਆ ਸਭ ਤੋਂ ਪਹਿਲਾਂ ਤੋਂ ਕਹਿੰਦੇ ਵੀ ਹਰ ਬੰਦੇ ਦਾ ਇਹ ਫਰਜ਼ ਬਣਦਾ ਉਦਮ ਕਰੰਦਿਆਂ ਜੀਵਤੋਂ ਜੀ ਜੀ ਕਿਉਂਕਿ ਕਿਰਤ ਵਾਸਤੇ ਕੋਈ ਨਾ ਕੋਈ ਆਪਾਂ ਨੂੰ ਉਦਮ ਦਾ ਕਰਨਾ ਪੈਣਾ ਹੂੰ ਹੂੰ ਤੇ ਜੇ ਤੁਸੀਂ ਉਦਮ ਕਰੋਗੇ ਤਾਂ ਗੁਰੂ ਸਾਹਿਬ ਕਮਾਮਦਿਆ ਸੁੱਖ ਪਹੁੰਚ ਜੀ 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 ਜੇ ਅਸੀਂ ਆਪਣੇ ਜੀਵਨ ਨੂੰ ਖੁਸ਼ਹਾਲ ਬਣਾਉਣਾ ਹੈ ਸੁੱਖਮਈ ਬਣਾਉਣਾ ਹੈ ਹੂੰ ਤੇ ਫਿਰ ਜ਼ਰੂਰੀ ਆ ਜਿਹੜਾ ਹੈ ਵੀ ਅਸੀਂ ਕੁਝ ਨਾ ਕੁਝ ਜਿਹੜਾ ਹੈ ਕੰਮ ਕਿਰਤ ਹੱਥੀਂ ਜਿਸ ਕਿਸੇ ਦੀ ਵੀ ਸਾਨੂੰ ਮਿਲਦੀ ਜਾ ਜੋ ਵੀ ਸਾਡੀ ਯੋਗਤਾ ਹੈ ਜੀ ਜੀ ਉਹਦੇ ਮੁਤਾਬਕ ਸਾਨੂੰ ਉਹ ਕੰਮ ਕਰਨਾ ਚਾਹੀਦਾ ਜਣਾ ਹੈ ਬਿਲਕੁਲ ਜੀ ਗੁਰਬਾਣੀ ਕਹਿੰਦੀ ਹੈ ਕਿ ਤਨ ਮਨ ਧਨ ਸੌਂਪ ਗੁਰ ਕੋ ਹੁਕਮ ਮੰਨ ਲਿਏ ਪਾਈਏ ਕਿਰਤ ਦੀ ਗੱਲ ਕਰ ਰਹੇ ਹਾਂ ਕਿਰਤ ਵੀ ਜ਼ਰੂਰੀ ਹੈ ਹੱਥੀਂ ਕਿਰਤ ਵੀ ਜ਼ਰੂਰੀ ਹੈ ਮਨ ਦੀ ਕਿਰਤ ਵੀ ਜ਼ਰੂਰੀ ਹੈ ਪਰ ਜਿੱਥੇ ਕਿਰਤ ਦੀ ਗੱਲ ਹੁੰਦੀ ਹੈ ਸਾਡਾ ਵਿਸ਼ਾ ਅੱਜ ਸੇਵਾ ਦੇ ਨਾਲ ਵੀ ਜੁੜਿਆ ਹੈ ਤੇ ਅਸੀਂ ਤਨ ਵੀ ਸੌਪਣਾ ਹੈ ਗੁਰੂ ਨੂੰ ਮਨ ਵੀ ਸੌਪਣਾ ਹੈ ਆਪਣਾ ਸਾਰਾ ਕੁਝ ਅਰਪਣ ਕਰਨਾ ਹੈ ਤੇ ਸੇਵਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਸੇਵਾ ਜਿਹੜਾ ਹੈ ਆਪਾਂ ਦੇਖਦੇ ਹਾਂ ਸਮਾਜ ਦੇ ਵਿੱਚ ਸਾਰੇ ਲੋਕ ਜਿਹੜੇ ਹੈ ਉਹ ਖੁਸ਼ਕਿਸਮਤ ਨਹੀਂ ਹੁੰਦੇ ਜੀ ਸਮਾਜ ਦੇ ਵਿੱਚ ਬੜੇ ਕਿਸਮਾਂ ਦੇ ਜਿਹੜੇ ਲੋਕ ਨੇ ਕੁਝ ਬਹੁਤ ਅਮੀਰ ਨੇ ਤੇ ਕੁਝ ਆਪਾਂ ਦੇਖਦੇ ਹਾਂ ਕਿ ਬਹੁਤ ਇੰਨੇ ਜਿਆਦਾ ਗਰੀਬ ਨੇ ਕਿ ਉਹਨਾਂ ਕੋਲੇ ਕੁਝ ਵੀ ਨਹੀਂ ਹੁੰਦਾ ਇੱਥੋਂ ਕਿ ਉਹਨਾਂ ਨੂੰ ਕਿ ਰੋਜ਼ਾਨਾ ਜਿਹੜੀਆਂ ਰੋਜ਼ਮਰਾਂ ਦੀਆਂ ਜਿਹੜੀਆਂ ਆਪਾਂ ਕਹਿੰਦੇ ਭੋਜਨ ਦੀ ਸਭ ਤੋਂ ਹਰ ਬੰਦੇ ਨੂੰ ਲੋੜ ਆ ਬਿਲਕੁਲ ਉਹ ਐਸੇ ਵੀ ਬਹੁਤ ਸਾਰੇ ਸਾਡੇ ਸਮਾਜ ਦੇ ਵਿੱਚ ਇੰਨੀ ਵੱਡੀ ਬਹੁ ਗਿਣਤੀ ਹੈਗੀ ਆ ਕਿ ਜਿਨ੍ਹਾਂ ਨੂੰ ਦੋ ਟਾਈਮ ਦਾ ਤਿੰਨ ਟਾਈਮ ਦਾ ਜਿਹੜਾ ਭੋਜਨ ਵੀ ਸਹੀ ਢੰਗ ਨਾਲ ਨਹੀਂ ਮਿਲਦਾ ਜੀ 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 ਬਿਲਕੁਲ ਇਸ ਵਕਤ ਉਹ ਦੇਖੀਏ ਤੇ ਜਿਹੜੀ ਇਹ ਸਮਾਜ ਦੇ ਵਿੱਚ ਸੇਵਾ ਦਾ ਜਿਹੜਾ ਪੱਖ ਹੈਗਾ ਇਹ ਆਪਣੇ ਆਪ ਚ ਬਹੁਤ ਅਹਿਮੀਅਤ ਰੱਖਦਾ ਜੀ 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 ਤੇ ਇੱਥੋਂ ਤੱਕ ਕਿ ਸਿੱਖ ਧਰਮ ਵਿੱਚ ਤਾਂ ਸੇਵਾ ਨੂੰ ਜਿਹੜਾ ਹੈ ਡਾ ਉੱਚਾ ਦਰਜਾ ਇਹਨੂੰ ਇੱਕ ਆਵਾ ਦਿੱਤਾ ਬੰਦਗੀ ਨਾਲ ਮਤਲਬ ਜੋੜਿਆ ਹੋਇਆ ਹੈ ਜੀ 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 ਬਿਲਕੁਲ ਤੇ ਕਿਉਂਕਿ ਇਹ ਕਿਸੇ ਤੇ ਜੇ ਤੁਸੀਂ ਸੇਵਾ ਕਰਦੇ ਵੀ ਆ ਨਾ ਉਹਦਾ ਭਾਵ ਇਹ ਨਹੀਂ ਕਿ ਤੁਸੀਂ ਅਗਲੇ ਤੇ ਆਸਾਨ ਕਰਨਾ ਕੋਈ ਇਹ ਤੁਹਾਡਾ ਭਗਤੀ ਦਾ ਸਮਝ ਲੋ ਇੱਕ ਹਿੱਸਾ ਆ ਬਿਲਕੁਲ ਜੀ ਤੁਸੀਂ ਆਪਣਾ ਫਰਜ ਸਮਝ ਕੇ ਆਪਣਾ ਕਰਤੱਵ ਜਾਣ ਕੇ ਜਿਹੜਾ ਹੈ ਇਹ ਕੰਮ ਕਰਨਾ ਤੇ ਜੇ ਮਨੁੱਖ ਸੇਵਾ ਕਰੂਗਾ ਇਸ ਭਾਵਨਾ ਦੇ ਨਾਲ ਵਿਚਰਦਾ ਜਿਹੜਾ ਹੈਗਾ ਆਪਣੇ ਭਾਈ ਕਿਉਂਕਿ ਬਾਣੀ ਕਹਿੰਦੀ ਆ ਇੱਕ ਪਿਤਾ ਇਸ ਕੇ ਹਮ ਬਾਰਕ ਬਿਲਕੁਲ ਜੀ ਜਦੋਂ ਅਸੀਂ ਸਾਰੇ ਜਿਹੜੇ ਹੈਗੇ ਆ ਇੱਕ ਪਰਿਵਾਰ ਦੇ ਮੈਂਬਰ ਆ ਹੂੰ 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 ਤੇ ਫਿਰ ਉਹਦੇ ਵਿੱਚ ਬਿਤਕਰਾ ਜਾਂ ਕਿਸੇ ਦੇ ਨਾਲ ਤੱਕਾ ਜਾਂ ਕੋਈ ਹੋਰ ਗੱਲ ਹੋਣੀ ਉਹ ਠੀਕ ਨਹੀਂ ਲੱਗਦੀ ਬਿਲਕੁਲ ਤੇ ਸੇਵਾ ਜਿਹੜੀ ਹੈ ਇੱਕ ਜਰੀਆ ਬਣਦੀ ਹੈ ਉਸ ਬਿਤਕਰਿਆ ਨੂੰ ਉਹ ਵਿੱਥਾਂ ਨੂੰ ਮਟਾਉਣ ਦਾ ਹੂੰ ਹੂੰ ਤੇ ਜਿਹੜੇ ਲੋੜਵੰਦ ਨੇ ਉਹਨਾਂ ਦੀ ਸਹਾਇਤਾ ਕਰਨ ਦਾ ਸਹਾਇਤਾ ਕਰਨ ਦਾ ਬਿਲਕੁਲ ਸੇਵਾ ਕਰਨ ਦੇ ਨਾਲ ਮਨ ਨੂੰ ਖੁਸ਼ੀ ਮਿਲਦੀ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਸੇਵਾ ਕੈਸੀ ਹੋਣੀ ਚਾਹੀਦੀ ਹੈ ਸੇਵਾ ਜਿਹੜੀ ਹੈ ਉਹਦੇ ਵਿੱਚ ਤੁਸੀਂ ਦੇਖਦੇ ਹੋ ਨਾ ਅ ਇੱਕ ਤਾਂ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਅਸਾਦੀ ਵਾਰ ਦੇ ਵਿੱਚ ਸਮਝਾਇਆ ਹੋਇਆ ਨਾ ਵੀ ਸੇਵਕ ਜਿਹੜਾ ਹੈ ਉਹ ਕਿੱਦਾਂ ਦਾ ਹੋਣਾ ਚਾਹੀਦਾ ਹੈ ਤੇ ਉਹਦੀ ਭਾਵਨਾ ਕਿਹੋ ਜਿਹੀ ਹੋਣੀ ਚਾਹੀਦੀ ਹੈ ਜੀ ਜੀ ਗੁਰੂ ਸਾਹਿਬ ਦਾ ਜਿਹੜਾ ਬਚਨ ਹੈ ਸੇਵ ਕੀਤੀ ਸੰਤੋਖੀ ਹੂੰ ਜਿਹਨੇ ਸੱਚੋ ਸੱਚ ਤੇ ਆਇਆ ਬਿਲਕੁਲ ਇੱਕ ਤਾਂ ਇਹਦੇ ਵਿੱਚ ਉਹ ਨਿਸ਼ਚਿਤ ਕਰ ਦਿੰਦੇ ਨੇ ਵੀ ਸੇਵਾ ਕਰਦਾ ਕੌਣ ਹੂੰ 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 ਇੱਕ ਜਿਹੜਾ ਹੈ ਪ੍ਰਮਾਤਮਾ ਦੇ ਰਸਤੇ ਤੇ ਤੁਰਨ ਵਾਲਾ ਧਰਮ ਦੇ ਮਾਰਗ ਤੇ ਤੁਰਨ ਵਾਲਾ ਜਿਹੜਾ ਮਨੁੱਖ ਹੈਗਾ ਉਹ ਇਸ ਪਾਸੇ ਨੂੰ ਸੋਚਦਾ ਹੂੰ ਕਿਉਂ ਸੋਚਦਾ ਕਿਉਂ ਕੋਦੇ ਮਨ ਵਿੱਚ ਉਹ ਜਿਹੜਾ ਲਾਲਚ ਆ ਬਿਲਕੁਲ ਸਵਾਰਥ ਹ ਹਮ ਆਪਣੇ ਤੱਕ ਜਿਹੜੀ ਸੀਮਿਤ ਸੋਚ ਹੁੰਦੀ ਆ ਨਿਜ ਤੋਂ ਉੱਪਰ ਉੱਠ ਕੇ ਜਿਹੜਾ ਹੈਗਾ ਉਹ ਦੂਜਿਆਂ ਬਾਰੇ ਵੀ ਸੋਚਣਾ ਜਿਹੜਾ ਹੈ ਉਸ ਨੂੰ ਸਮਝ ਲੱਗ ਜਾਂਦੀ ਆ ਹਮ ਹਮ ਤੇ ਫਿਰ ਉਹ ਉਹਨੇ ਮੰਦੇ ਪੈਰ ਨਾ ਰੱਖਿਓ ਉਹ ਫਿਰ ਗਲਤ ਰਸਤੇ ਤੇ ਵੀ ਨਹੀਂ ਤੁਰਦੇ ਬਿਲਕੁਲ ਜੀ ਇਹ ਨਹੀਂ ਕਿ ਜੇ ਉਹਨਾਂ ਕੋਲ ਪੈਸਾ ਹੋ ਗਿਆ ਮਾਇਆ ਧਾਰੀ ਬਣ ਗਏ ਤੇ ਉਹ ਮਤਲਬ ਮਾਇਆ ਧਾਰੀ ਜ ਤੰਨਾ ਬੋਲਾ ਬਿਲਕੁਲ ਜੀ ਉਹ ਇਸ ਦਸ਼ਾ ਦੇ ਉੱਤੇ ਨਹੀਂ ਫਿਰ ਵਿਚਰਦਾ ਜਿਹੜਾ ਸੇਵਕ ਬਣ ਜਾਂਦਾ ਜੀ ਉਹ ਗਲਤ ਪਾਸੇ ਨਹੀਂ ਤੁਰਦਾ ਉਨੇ ਮੰਦੇ ਪੈਰ ਨੱਖਿਓ ਕਰ ਸੁਖ੍ਰਿਤ ਧਰਮ ਕਮਾਇਆ ਹੂੰ ਹੂੰ ਉਹ ਚੰਗੀ ਕਿਰਤ ਕਰਦੇ ਨੇ ਇਮਾਨਦਾਰੀ ਨਾਲ ਕਿਰਤ ਕਰਦੇ ਨੇ ਸੱਚੀ ਸੁੱਚੀ ਕਿਰਤ ਕਰਦੇ ਨੇ ਪਰਾਇਆ ਹੱਕ ਮਾਰਨ ਤੋਂ ਜਿਹੜਾ ਹੈਗਾ ਉਸ ਤੋਂ ਗੁਰੇਜ਼ ਕਰਦੇ ਨੇ ਹੂੰ ਤੇ ਫਿਰ ਜਦੋਂ ਇਸ ਕਿਸਮ ਦੀ ਸੋਚ ਲੈ ਕੇ ਜਿਹੜਾ ਹੈ ਵਿਚਰਦਾ ਸਮਾਜ ਦੇ ਵਿੱਚ ਤੇ ਅਸੀਂ ਦੇਖਦੇ ਆ ਕਿ ਫਿਰ ਉਹ ਦਿਖਾਵੇ ਵਾਸਤੇ ਸੇਵਾ ਨਹੀਂ ਕਰੂਗਾ ਬਿਲਕੁਲ ਜੀ ਬਿਲਕੁਲ ਇਹ ਗੱਲ ਤੇ ਠੀਕ ਹੈ ਉਹ ਦੂਜਿਆਂ ਦੇ ਆਪਣੇ ਕਰਤੱਬ ਸਮਝ ਕੇ ਤੇ ਨਿਰਸਵਾਰਥ ਹੋ ਕੇ ਨਿਸ਼ਕਾਮ ਹੋ ਕੇ ਜਿਹੜਾ ਬਾਣੀ ਦੇ ਵਿੱਚ ਸਾਨੂੰ ਜ਼ਿਕਰ ਗੁਰੂ ਅਰਜਨ ਦੇਵ ਜੀ ਵੀ ਕਰਦੇ ਨੇ ਸੇਵਾ ਕਰਤ ਹੋਏ ਨਹਿਕਾਮੀ ਬਿਲਕੁਲ ਤੇ ਇਸ ਕੋ ਹੋਤ ਪ੍ਰਾਪਤ ਸੁਆਮੀ ਬਿਲਕੁਲ ਜੀ ਬਿਲਕੁਲ ਇਹ ਇੱਕ ਬਹੁਤ ਉੱਚਾ ਦਰਜਾ ਜਿਹੜਾ ਹੈ ਮਨੁੱਖ ਦੇ ਜੀਵਨ ਦਾ ਦਰਸ਼ ਵੀ ਹੈ ਤੇ ਨਿਰਸਵਾਰਥ ਕੀਤੀ ਸੇਵਾ ਜਿਹੜੀ ਹੈਗੀ ਆ ਉਹ ਜਾਦਾ ਜਿਹੜੀ ਹੈ ਕਿਉਂਕਿ ਉਹ ਕਰਤੱਬ ਆ ਬਿਲਕੁਲ ਜੀ ਤੇ ਇੱਕ ਕਰਤੱਬ ਦੇ ਤੌਰ ਤੇ ਜਦੋਂ ਮਨੁੱਖ ਕਰਦਾ ਹੈਗਾ ਤਾਂ ਫਿਰ ਉਹ ਆਪਣੇ ਸਮਾਜ ਦੇ ਵਿੱਚ ਵੀ ਉਹਨੂੰ ਸਤਕਾਰ ਵੀ ਮਿਲਦਾ ਤੇ ਉਹ ਆਪਣਾ ਜੀਵਨ ਵੀ ਸਫਲ ਕਰਕੇ ਬਿਲਕੁਲ ਜੀ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾ ਪਛਾਣੇ ਸੀ ਸਾਨੂੰ ਸੇਵਾ ਵੀ ਮਿਲੀ ਹੈ ਸਾਨੂੰ ਕਿਰਤ ਵੀ ਮਿਲੀ ਹੈ ਕਿਰਤ ਕਰਨੀ ਵੀ ਹੈ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਚਾਰ ਕੁੰਟ ਦਹ ਦਿਸ ਭਰਵੇਂ ਥਕਾਏ ਪ੍ਰਭ ਦੀ ਸ਼ਾਮ ਇਹ ਕਿਰਤ ਤੇ ਸੇਵਾ ਸਾਡੇ ਨਾਲ ਜੁੜੀ ਹੈ ਤੇ ਕਿਰਤ ਸਾਡਾ ਜੀਵਨ ਕਿਵੇਂ ਬਦਲ ਸਕਦੀ ਹੈ ਕਿਰਤ ਜਿਹੜੀ ਹੈ ਜਿਸ ਤਰ੍ਹਾਂ ਆਪਾਂ ਪਹਿਲਾਂ ਜ਼ਿਕਰ ਕੀਤਾ ਜੀ ਬਈ ਉਦਮ ਕਰਦੇ ਆ ਜੀ ਉਹ ਤੋਂ ਜੀ ਜੀ ਕਿਰਤ ਵਿੱਚ ਉਦਮ ਦਾ ਲੱਗਣੇ ਲੱਗਣਾ ਜਿਹੜਾ ਲੱਗਣਾ ਤੇ ਜੇਕਰ ਅਸੀਂ ਉਸ ਪੱਖ ਤੋਂ ਆਪਾਂ ਤੁਰਾਂਗੇ ਤੇ ਅਸੀਂ ਆਪਣਾ ਆਪ ਦਾ ਜਿਹੜਾ ਆਪਣਾ ਜੋ ਵੀ ਖਰਚੇ ਨੇ ਜੋ ਵੀ ਸਾਡਾ ਲੋਡ ਮਦਾਂ ਜਿਹੜੀਆਂ ਸਾਡੀਆਂ ਲੋੜਾਂ ਨੇ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਤੁਸੀਂ ਖੁਦ ਜਿਹੜਾ ਹੈਗਾ ਆਪਣਾ ਭਾਰ ਆਪ ਚੁੱਕਾਂਗੇ ਹਾਂ ਜੀ ਤੇ ਜੇ ਅਸੀਂ ਜਿਹੜਾ ਹੈਗਾ ਆਪਣਾ ਕੋਈ ਕਿਸੇ ਕਿਸਮ ਦਾ ਕਿਰਤ ਨਹੀਂ ਕਰਦੇ ਕੰਮ ਨਹੀਂ ਕਰਦੇ ਤੇ ਅਸੀਂ ਆਪਣੇ ਆਪ ਤੇ ਵੀ ਬੋਝ ਪਰਿਵਾਰ ਤੇ ਵੀ ਬੋਝ ਸਮਾਜ ਤੇ ਵੀ ਬੋਝ ਜੀ ਤੇ ਉਹਦਾ ਨਤੀਜਾ ਫੇ ਕੀ ਨਿਕਲਦਾ ਜਿਹੜਾ ਹੈਗਾ ਉਹ ਬੁਰਾਈਆਂ ਦੇ ਵਿੱਚ ਬਿਲਕੁਲ ਤੇ ਬੰਦਾ ਫੇ ਚੋਰੀਆਂ ਕਰਦਾ ਗਲਤ ਰਸਤੇ ਜਿਹੜੇ ਅਖਤਿਆਰ ਕਰਦਾ ਜਿਹੜਾ ਹੈਗਾ ਤੇ ਉਹਦੇ ਨਾਲ ਜਿੱਥੇ ਉਹ ਆਪ ਪਰੇਸ਼ਾਨ ਉਥੇ ਆਪਣੇ ਪਰਿਵਾਰ ਲਈ ਵੀ ਜਿਹੜਾ ਹੈਗਾ ਫੇਰ ਪਰੇਸ਼ਾਨੀਆਂ ਖੜੀਆਂ ਕਰਦਾ ਤੇ ਸਮਾਜ ਦੇ ਵਿੱਚ ਵੀ ਜਿਹੜਾ ਹੈ ਉਹ ਕੋਈ ਚੰਗਾ ਯੋਗਦਾਨ ਨਹੀਂ ਪਾਉਂਦਾ ਹੂੰ ਹੂੰ ਤੇ ਉਹ ਸਮਾਜ ਲਈ ਵੀ ਇੱਕ ਬੋਝ ਬਣ ਕੇ ਜਿਹੜਾ ਹੈ ਵਿਚਰਦਾ ਜਿਹੜਾ ਹੈ ਇਸ ਕਰਕੇ ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਵਾਰ-ਵਾਰ ਇਹ ਜਿਹੜਾ ਸਮਝਾਇਆ ਹੋਇਆ ਹੈਗਾ ਵੀ ਕਿਰਤ ਕਰਨੀ ਜਿਹੜੀ ਹੈਗੀ ਆ ਬਹੁਤ ਜ਼ਰੂਰੀ ਹੈ ਇੱਥੋਂ ਤੱਕ ਕਿ ਉਹ ਤਾਂ ਪ੍ਰਮਾਤਮਾ ਵਾਸਤੇ ਇੱਕ ਨਾਮ ਵੀ ਜਿਹੜਾ ਹੈਗਾ ਗੁਰੂ ਸਾਹਿਬ ਜੀ ਕਰਤਾ ਪੁਰਖ ਜੀ ਬਿਲਕੁਲ ਬਿਲਕੁਲ ਉਹਨੂੰ ਵੀ ਇੱਕ ਕਿਰਤੀ ਦੇ ਤੌਰ ਤੇ ਜਿਹੜਾ ਜਿਹੜਾ ਹੈ ਗੁਰੂ ਸਾਹਿਬ ਨੇ ਚਿਤਰਿਆ ਹੋਇਆ ਕਰਤਾਰ ਜੀ ਉਹ ਵੀ ਕੀਰਤਨ ਨਾਲ ਜੁੜਿਆ ਹੋਇਆ ਹੈ ਬਿਲਕੁਲ ਗੁਰਨਾਗ ਸਿੰਘ ਜੀ ਦੇ ਦੇਖੀਏ ਕਰਤਾਰਪੁਰ ਜਿਹੜਾ ਨਗਰ ਉਹਨਾਂ ਨੇ ਵਸਾਇਆ ਆ ਕੇ ਜਿਹੜਾ ਹੈਗਾ ਉਹਦਾ ਨਾਮ ਵੀ ਉਹਨਾਂ ਨੇ ਫਿਰ ਕੀਰਤੀਆਂ ਦਾ ਜਿਹੜਾ ਹੈ ਪੁਰ ਨਗਰੀ ਜਿੱਥੇ ਕੰਮ ਕਰਨ ਵਾਲੇ ਨੇ ਜਿੱਥੇ ਉਹਨਾਂ ਨੇ ਆਪ ਖੇਤੀ ਕੀਤੀ ਉੱਥੇ ਨਾਲ ਉਹਨਾਂ ਨੇ ਸਮਾਜ ਵਿੱਚ ਇਹ ਵੀ ਪੂਰਨੇ ਫਾਇਵੇ ਕਿਸ ਢੰਗ ਦੇ ਨਾਲ ਮਨੁੱਖ ਨੂੰ ਖੁਦ ਕੋਈ ਯਤਨ ਕਰਕੇ ਉਪਰ ਅੱਲਾ ਕਰਕੇ ਜਿੱਥੇ ਆਪ ਕੁਝ ਜਿਹੜਾ ਹੈ ਆਪਣੇ ਵਾਸਤੇ ਕਮਾਉਣਾ ਉਥੇ ਨਾਲ ਜਿਹੜਾ ਕਮਾਈ ਕੀਤੀ ਹੋਏਗੀ ਉਹਦੇ ਨਾਲ ਦੂਜਿਆਂ ਨਾਲ ਸ਼ੇਅਰ ਵੀ ਕਰਨਾ ਜਿਹੜਾ ਹੈਗਾ ਦੂਜਿਆਂ ਨਾਲ ਵੰਡ ਕੇ ਛਕਣਾ ਜਿਹੜਾ ਹੈ ਉਹ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਬਹੁਤ ਇੱਕ ਵਧੀਆ ਜੀਵਨ ਜਾਚ ਜਿਹੜੀ ਜੀਵਨ ਯੋਗਤ ਜਿਹੜੀ ਆ ਰੱਖੀ ਹੋਈ ਹੈ ਰੱਖੀ ਹੋਈ ਹੈ ਬਿਲਕੁਲ ਜੀ ਤੇ ਕਿਰਤ ਦੀ ਅਸੀਂ ਗੱਲ ਕਰ ਰਹੇ ਆ ਤੇ ਨਾਲ ਹੀ ਗੱਲ ਕਰ ਰਹੇ ਆ ਸੇਵਾ ਦੀ ਤੇ ਸੇਵਾ ਜਦੋਂ ਅਸੀਂ ਕਰਦੇ ਆ ਤਾਂ ਸੇਵਾ ਕਰਦੇ ਹੋ ਸਾਡੀ ਮਾਨਸਿਕਤਾ ਕਿਹੋ ਜੀ ਹੋਣੀ ਚਾਹੀਦੀ ਹੈ ਮਾਨਸਿਕਤਾ ਜਿਵੇਂ ਪਹਿਲਾਂ ਕਿਹਾ ਬਈ ਇੱਕ ਤਾਂ ਨਿਸ਼ਕਾਮ ਭਾਵਨਾ ਦੇ ਨਾਲ ਇੱਕ ਮਨੁੱਖ ਦੇ ਉੱਤੇ ਜਿਹੜਾ ਹੈਗਾ ਉਹਨੂੰ ਆਪਣਾ ਕਰਤੱਵ ਲੱਗੇ ਹੂੰ ਆਸਾਨ ਨਾ ਲੱਗੇ ਜਿਹੜਾ ਹੈਗਾ ਕਿ ਮੈਂ ਕਿਸੇ ਦੇ ਉੱਤੇ ਆਸਾਨ ਕਰ ਰਿਹਾ ਤੇ ਇਹ ਫਿਰ ਦੂਜਾ ਜਿਹੜਾ ਜਿਹਦੇ ਤੁਸੀਂ ਆਸਾਨ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਉਹਦੇ ਮਨ ਦੇ ਵਿੱਚ ਜਿਹੜਾ ਹੈਗਾ ਹੀਣਪਾਵ ਜਿਹੜਾ ਹੈ ਪੈਦਾ ਹੁੰਦਾ ਬਿਲਕੁਲ ਤੇ ਇਸ ਢੰਗ ਦੇ ਨਾਲ ਜਿਹੜਾ ਹੈ ਅਸੀਂ ਸਮਾਜ ਦੇ ਵਿੱਚ ਕੋਈ ਜਿਹੜਾ ਕਹਿੰਦੇ ਨਾ ਕਿ ਮਨੁੱਖਤਾ ਨੂੰ ਮਾਨਵਤਾ ਨੂੰ ਉਚੇਰਾ ਲੈ ਜਾਣਾ ਉਹ ਦਸ਼ਾ ਹਾਸਲ ਨਹੀਂ ਹੋ ਸਕਦੀ ਜਦੋਂ ਇੱਕ ਮੰਗਤਾ ਹੋਊਗਾ ਇੱਕ ਪਖਾਰੀ ਹੋਊਗਾ ਦੂਜਾ ਜਿਹੜਾ ਦਾਤਾ ਬਣ ਜਵੇ ਬਿਲਕੁਲ ਬਿਲਕੁਲ ਤੇ ਉਸ ਪੱਧਰ ਤੇ ਜਦੋਂ ਆਪਾਂ ਰਿਸ਼ਤੇ ਸਥਾਪਿਤ ਕਰ ਲਏ ਨੇ ਵੀ ਮੈਂ ਤਾਂ ਸਿਰਫ ਜਿਹੜਾ ਹੈ ਦੇਣ ਵਾਲਾ ਆ ਮੇਰੇ ਕੋਲ ਤਾਂ ਬਹੁਤ ਕੁਝ ਹੈ ਹਮ ਲੇਕਿਨ ਦਿੱਤਾ ਕਿਹਦਾ ਹੈ ਬਿਲਕੁਲ ਦੇਣ ਵਾਲਾ ਦਾਤਾ ਜਿਹੜਾ ਸਭ ਤੋਂ ਵੱਡਾ ਜਿਹੜਾ ਹੈ ਗੁਰੂ ਸਾਹਿਬ ਦੇਖੋ ਦਾਤਾ ਜਿਹੜਾ ਹੈ ਇੱਕੋ ਹੀ ਆ ਬਿਲਕੁਲ ਜੀ ਬਿਲਕੁਲ ਸਦਾ ਦਾਤਾ ਇੱਕ ਹੈ ਬਿਲਕੁਲ ਜੀ ਸਭ ਕੋ ਦੇਵਨਹਾਰ ਦੈਂਦਿਆਂ ਦੋਟਣਾਵੇ ਗਣਤ ਪਰੇ ਪੰਡਾਰ ਬਿਲਕੁਲ ਮਨੁੱਖ ਜਿਹੜਾ ਹੈਗਾ ਕਈ ਵਾਰ ਉਪਲੇਖੇ ਦੇ ਵਿੱਚ ਪੈ ਜਾਂਦਾ ਵੀ ਸ਼ਾਇਦ ਮੈਂ ਦਾਤਾ ਆ ਹਮ ਲੇਕਿਨ ਉਹ ਅਸਲ ਦਾਤੇ ਨੂੰ ਫੇਰ ਵਿਸਾਰ ਦਿੰਦਾ ਤੇ ਆਪ ਕਈ ਵਾਰ ਸਮਾਜ ਦੇ ਵਿੱਚ ਉਹ ਗਲਤ ਜਿਹੜਾ ਹੈ ਆਪਣੀ ਜਿਹੜੀ ਇੱਕ ਪ੍ਰਭਾਵ ਵੀ ਗਲਤ ਸਿਰਜਦਾ ਤੇ ਉਹਦਾ ਕੀਤਾ ਹੋਇਆ ਕੰਮ ਵੀ ਜਿਹੜਾ ਹੈ ਉਹਦੀ ਸੋਚ ਇਸ ਕਿਸਮ ਦੀ ਬਣ ਜਾਂਦੀ ਵੀ ਜਿੱਦਾਂ ਗੁਰੂ ਸਾਹਿਬ ਨੇ ਆਸਾ ਦੀ ਵਾਰ ਚ ਫੇਰ ਮੈਂ ਕਹਾਂਗਾ ਉੱਥੋਂ ਇੱਕ ਆਧਾਰ ਲਈਏ ਬਿਲਕੁਲ ਬਿਲਕੁਲ ਤੇ ਉਹ ਕੀ ਦਿੰਦੇ ਥੋੜਾ ਆ ਹੂੰ ਮੰਗਦੇ ਜਿਹੜਾ ਹੈ ਆਪਣੇ ਮਨ ਦੇ ਵਿੱਚ ਹੋਰ ਆਸ ਰੱਖਦੇ ਵੀ ਸਾਨੂੰ ਹੋਰ ਮਿਲੇ ਹੂੰ ਹੂੰ ਬਿਲਕੁਲ ਜੀ ਬਿਲਕੁਲ ਤੇ ਉਹ ਭਾਵਨਾ ਨੂੰ ਜਿਹੜਾ ਹੈਗਾ ਮਾਨਸਿਕਤਾ ਨੂੰ ਬਦਲਣਾ ਪਏਗਾ ਸਾਰਿਆ ਗਿਆ ਹੈ ਤੇ ਉਹਨੂੰ ਬਦਲ ਕੇ ਜਿਹੜਾ ਹੈ ਜੀ ਜੀ ਇੱਕ ਕਰਤੱਵ ਦੇ ਤੌਰ ਤੇ ਡਿਊਟੀ ਦੇ ਤੌਰ ਤੇ ਜਿਹੜਾ ਹੈ ਇਸ ਨੂੰ ਅਪਣਾਉਣਾ ਚਾਹੀਦਾ ਬਿਲਕੁਲ ਜੀ ਇਹ ਗੁਰਬਾਣੀ ਕਹਿੰਦੀ ਹੈ ਕਿ ਇਹ ਜਗ ਧੂਏ ਦਾ ਪਹਾੜ ਵਾਕੇ ਹੀ ਸਾਰੇ ਬੰਨੇ ਵਿਕਾਰ ਨੇ ਵਿਕਾਰਾਂ ਦੇ ਵਿੱਚ ਅਸੀਂ ਫਸੇ ਹੋਏ ਹਾਂ ਸਾਨੂੰ ਬਚਣਾ ਹੈ ਤਾਂ ਗੁਰਬਾਣੀ ਦੇ ਨਾਲ ਜੁੜਨਾ ਪਵੇਗਾ ਕਿਰਤ ਦੇ ਨਾਲ ਜੁੜਨਾ ਪਵੇਗਾ ਸੇਵਾ ਦੇ ਨਾਲ ਜੁੜਨਾ ਪਵੇਗਾ ਜੀ ਤੇ ਸਾਨੂੰ ਕਿਰਤ ਤੇ ਸੇਵਾ ਜੇ ਦੋਵਾਂ ਨੂੰ ਮੈਂ ਲੈ ਕੇ ਚੱਲਦਾ ਹਾਂ ਤੇ ਵਿਕਾਰਾਂ ਤੋਂ ਕਿਦਾਂ ਬਚਾਉਂਦੀ ਹੈ ਵਿਕਾਰਾਂ ਤੋਂ ਵਿੱਚ ਤਾਂ ਦੇਖੋ ਜਦੋਂ ਅਸੀਂ ਕਿਰਤ ਕਰਦੇ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਗੱਲ ਆ ਇਮਾਨਦਾਰੀ ਦੀ ਜੀ ਜਿਹਨੂੰ ਆਪਾਂ ਕਹਿੰਦੇ ਆ ਦਸਾਂ ਨੌਹਾਂ ਦੀ ਕਿਰਤ ਕਰਨੀ ਸੱਚੀ ਸੁੱਚੀ ਕਿਰਤ ਕਰਨੀ ਧਰਮ ਦੀ ਕਿਰਤ ਕਰਨੀ ਜੀ ਇਹ ਸਾਰੇ ਜਿਹੜੇ ਆ ਸ਼ਬਦ ਵਰਤੇ ਜਾਂਦੇ ਨੇ ਇੱਕ ਸੱਚੀ ਸੁੱਚੀ ਕਿਰਤ ਨੂੰ ਪ੍ਰਗਟਾਉਣ ਲਈ ਜੀ ਤੇ ਜਦੋਂ ਅਸੀਂ ਇਸ ਸੋਚ ਨੂੰ ਛੱਡ ਕੇ ਹੂੰ ਗਲਤ ਰਸਤੇ ਨੂੰ اختیار ਕਰ ਲੈਨੇ ਆ ਲਾਲਚ ਦੇ ਵਿੱਚ ਫਸ ਜਾਂਨੇ ਆ ਬਿਲਕੁਲ ਤੇ ਫਿਰ ਉਹ ਉਹ ਬਾਣੀ 'ਚ ਲਿਖਿਆ ਲੈਂਦਾ ਬੱਦ ਦਵਾਈ ਤੋਂ ਮਾਇਆ ਕਰੇ ਇਕੱਠ ਬਿਲਕੁਲ ਜੀ ਪੈਸਾ ਤਾਂ ਇਕੱਠਾ ਹੋ ਸਕਦਾ ਬਿਲਕੁਲ ਦਰਨਿਆਵੀ ਤੌਰ ਤੇ ਜਿਹੜਾ ਹ ਬਹੁਤ ਕੁਝ ਉਹ ਦਿਖਾਵੇ ਵਾਸਤੇ ਦਿਖਾ ਸਕਦਾ ਫਿਰ ਮੈਂ ਇਹਦੇ ਕੋਲ ਘਾਰਿਆ ਮੇਰੇ ਕੋਲ ਬਹੁਤ ਵੱਡੀ ਕੋਠੀ ਆ ਮੇਰੇ ਕੋਲ ਬਹੁਤ ਵਧੀਆ ਸਾਧਨ ਨੇ ਹਮ ਲੇਕਿਨ ਉਹਦਾ ਜਿਹੜਾ ਹੈ ਫਲਿਆ ਫੁਲਿਆ ਬੱਪੜ ਹੈ ਵੀ ਵਿਚਨ ਸਵਾਹ ਜਿਹੜੀ ਹੈ ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਬਾਹਰੀ ਤੌਰ ਤੇ ਤਾਂ ਜ਼ਰੂਰ ਫਲਿਆ ਫੁਲਿਆ ਬੂਟਾ ਜਿਹੜਾ ਹੈ ਲੱਗਦਾ ਲੇਕਿਨ ਅੰਦਰ ਉਹਦੇ ਕੁਝ ਨਹੀਂ ਹੁੰਦਾ ਫਿਰ ਹਮ ਬਿਲਕੁਲ ਤਿਲਾਂ ਦੇ ਬੂਟੇ ਜਿੱਦਾਂ ਸਵਾਹ ਬਣ ਜਾਂਦੀ ਨੇ ਨਾ ਹਮ ਤੇ ਉਹ ਗੁਰੂ ਸਾਹਿਬ ਦੀ ਇਹ ਧਾਰਨਾ ਬੜੀ ਵਧੀਆ ਹੈ ਵੀ ਮਾਇਕ ਤੌਰ ਤੇ ਦੁਨਿਆਵੀ ਤੌਰ ਤੇ ਜਾਂ ਪਦਾਰਥਕ ਤੌਰ ਤੇ ਜੇ ਕੋਈ ਬੰਦਾ ਦਖਾਵੇ ਕਰਦਾ ਹੈਗਾ ਜੀ ਜੀ ਉਹਦਾ ਮਤਲਬ ਇਹ ਨਹੀਂ ਕਿ ਉਹ ਮਾਨਸਿਕ ਤੌਰ ਤੇ ਵੀ ਉਨਾ ਹੀ ਉੱਚਾ ਉੱਠਿਆ ਹੋਇਆ ਹੈਗਾ ਉਨਾ ਹੀ ਉਹ ਛੋਰਤਾ ਜਿਹੜਾ ਹੈ ਮਾਨਸਿਕ ਤੌਰ ਤੇ ਵੀ ਮਾਲਕ ਹੋਵੇ ਜੀ ਜੀ ਬਿਲਕੁਲ ਤੇ ਇਸ ਵਕਤੋ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਸਮਝਾਇਆ ਵੀ ਨਿਸ਼ਾਨਾ ਜਿਹੜਾ ਹੈ ਕੱਲੀ ਮਾਇਆ ਨਹੀਂ ਬਣਾਉਣਾ ਹੂੰ ਜੇ ਮਾਇਆ ਦਾ ਨਿਸ਼ਾਨਾ ਬਣਾ ਲਿਆ ਫੇਰ ਤੁਹਾਡੀ ਦਸਾਂ ਨਵਾਂ ਵਾਲੀ ਕੀਰਤ ਜਿਹੜੀ ਹੈ ਧਰਮ ਦੀ ਕੀਰਤ ਜਿਹੜੀ ਹੈਗੀ ਉਹ ਨਹੀਂ ਰਹਿਣੀ ਤੇ ਜਿਹਦੇ ਬਾਰੇ ਸਾਨੂੰ ਗੁਰੂ ਸਾਹਿਬ ਜੀ ਨੇ ਬਾਰ-ਬਾਰ ਕਿੰਨੀਆਂ ਉਦਾਹਰਨਾਂ ਹੁੰਦਾ ਜੀਵਨ ਨੂੰ ਲੈ ਲਈਏ ਗੁਰੂ ਸਾਹਿਬ ਦੇ ਜੀ 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 ਕਿ ਇਹ ਮਲਕ ਭਾਗੋ ਇੱਕ ਪ੍ਰਤੀਕ ਆ ਜਿਹੜਾ ਬਹੁਤ ਵੱਡਾ ਲੋਕਾਂ ਦੇ ਹੱਕ ਮਾਰ ਕੇ ਕਮਾਈ ਕਰ ਰਿਆ ਹੂੰ ਤੇ ਉਹਦਾ ਦਿਖਾਵਾ ਧਾਰਮਿਕ ਕਰਮਕਾਂਡਾਂ ਰਹੀ ਕਰ ਰਿਹਾ ਹੂੰ ਵੀ ਮੈਂ ਦਾਨੀ ਆ ਮੈਂ ਬਹੁਤ ਵੱਡੇ ਵੱਡੇ ਜਿਹੜੇ ਹੈਗੇ ਆ ਲੋਕਾਂ ਨੂੰ ਬ੍ਰਹਮ ਭੋਜ ਕਰਾਉਣਾ ਹੂੰ ਲੇਕਿਨ ਗੁਰੂ ਸਾਹਿਬ ਉੱਥੇ ਹਾਜ਼ਰ ਹੋਣ ਦੇ ਬਾਵਜੂਦ ਵੀ ਉਹਦੇ ਉਸ ਬ੍ਰਹਮ ਭੋਜ ਵਿੱਚ ਸ਼ਾਮਲ ਨਹੀਂ ਹੁੰਦੇ ਬਿਲਕੁਲ ਬਿਲਕੁਲ ਜਾਂਦੇ ਕਿੱਥੇ ਨੇ ਭਾਈ ਲਾਲੋ ਜਿਹੜਾ ਇੱਕ ਬਹੁਤ ਸੱਚੀ ਸੁੱਚੀ ਕਿਰਤ ਕਰਨ ਨਾਲ ਇੱਕ ਕੀਰਤੀ ਆ ਜਿਹੜਾ ਹੈ ਜੀ ਉੱਥੇ ਉਹ ਰੁੱਖਾ ਸੁੱਕਾ ਵੀ ਜਿਹੜਾ ਹੈ ਉਹਨਾਂ ਨੂੰ ਬਹੁਤ ਵਧੀਆ ਜਿਹੜਾ ਹੈ ਲੱਗ ਰਿਹਾ ਪਰ ਜਦੋਂ ਆਪਾਂ ਦੇਖਦੇ ਸਾਰੀ ਸਾਖੀ ਦੇ ਵਿੱਚ ਉਹ ਜ਼ਿਕਰ ਹੁੰਦਾ ਵੀ ਕਿੰਦਾ ਦੁੱਧ ਤੇ ਲਹੂ ਜੀ 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 ਸੱਚੀ ਸੁੱਚੀ ਕਿਰਤ ਜਿਹੜੀ ਹੈਗੀ ਆ ਉਹ ਇੱਕ ਪਵਿੱਤਰ ਆ ਬਿਲਕੁਲ ਬਿਲਕੁਲ ਦੁੱਧ ਨੂੰ ਆਪਾਂ ਪਵਿੱਤਰ ਮੰਨਦੇ ਆ ਤੇ ਲਹੂ ਜਿਹੜਾ ਹੈਗਾ ਉਹ ਅਪਵਿੱਤਰਤਾ ਦੀ ਜਿਹੜੀ ਹੈਗੀ ਜਿਹੜੀ ਨਿਸ਼ਾਨੀ ਆ ਪ੍ਰਤੀਕ ਆ ਤੇ ਬਾਣੀ ਵਿੱਚ ਬੜਾ ਸਪਸ਼ਟ ਲਿਖਿਆ ਹੋਇਆ ਹੂੰ ਉਹ ਕਹਿੰਦੇ ਜੇ ਤਾਂ ਤੁਹਾਨੂੰ ਚਲੋ ਬਖਸ਼ਿਸ਼ ਹੈਗੀ ਆ ਤੁਹਾਡੇ ਤੇ ਜੀ ਤੇ 36 ਪ੍ਰਕਾਰ ਦੇ ਸਵਾਦ ਲੇਪੋਜਨ ਵੀ ਤੁਹਾਨੂੰ ਖਾਣ ਨੂੰ ਮਿਲ ਸਕਦੇ ਆ ਤੇ ਖਾਓ ਪਰ ਸ਼ਰਤ ਇੰਨੀ ਕੁ ਲਾਈ ਹੈ ਜੇ ਪ੍ਰਸ਼ਾਦ 36 ਅੰਮ੍ਰਿਤ ਖਾਹੇ ਤੇ ਇਸ ਠਾਕਰ ਕੋ ਹਰੱਖ ਮਨਮਾਨਾ ਹੈ ਪ੍ਰਮਾਤਮਾ ਨੂੰ ਯਾਦ ਰੱਖਣਾ ਜਿਹੜਾ ਹੈਗਾ ਉਹ ਸੱਚੀ ਸੁੱਚੀ ਕਿਰਤ ਵੀ ਫਿਰ ਆਪਣੇ ਆਪ ਤੁਰ ਹੀ ਰਹਿੰਦੀ ਆ ਜੇ ਵੱੱਦਾ ਉਸ ਰਸਤੇ ਤੇ ਤੁਰਦਾ ਨਾ ਪ੍ਰਮਾਤਮਾ ਨੂੰ ਯਾਦ ਰੱਖ ਕੇ ਕਰਦਾ ਬਿਲਕੁਲ ਤੇ ਫਿਰ ਜੇ ਤੁਹਾਨੂੰ ਨਹੀਂ ਮਿਲੇ ਜੀ ਜੀ ਫਿਰ ਜਿਹੜਾ ਬਾਬਾ ਫਰੀਦ ਜੀ ਦਾ ਬੜਾ ਵਧੀਆ ਉਹਨਾਂ ਨੇ ਸਮਝਾਇਆ ਹੋਇਆ ਜੀ ਤੇ ਫਿਰ ਹੇਰਾ ਫੇਰੀ ਕਰਕੇ ਗਲਤ ਰਸਤਾ ਅਖਤਿਆਰ ਕਰਕੇ ਜੇ ਤੁਸੀਂ ਯਤਨ ਕਰੋਗੇ ਵੀ ਮੈਂ ਦੁਨੀਆ ਦੇ ਜਿਹੜੇ ਹੈਗੇ ਰਸਾਂ ਕਸਾਂ ਦੀ ਪੂਰਤੀ ਕਰਾਂ ਆਪਣੇ ਜਿਹੜੇ ਹੈਗੇ ਆ ਸਵਾਦ ਲਈ ਭੋਜਨ ਖਾਵਾਂ ਉਹ ਕਹਿੰਦੇ ਉਹ ਗਲਤ ਰਸਤਾ ਹੈਗਾ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਈ ਜਿਓ ਹੂੰ ਹੂੰ ਰੁਖੀ ਮਿੱਸੀ ਖਾਇਕਾ ਠੰਡਾ ਪਾਣੀ ਪੀਓ ਉਹ ਫਿਰ ਜਿਹੜਾ ਇਮਾਨਦਾਰੀ ਦੀ ਕਿਰਤ ਦੇ ਵਿੱਚ ਜਿਹੜੀ ਰੁੱਖੀ ਸੁੱਖੀ ਵੀ ਜਿਹੜੀ ਹੈਗੀ ਆ ਉਹ ਜਾਦਾ ਬਿਹਤਰ ਆ ਚੰਗੀ ਆ ਕਿਉਂਕਿ ਤੁਹਾਨੂੰ ਉਹ ਮਾਨਸਿਕ ਤੌਰ ਤੇ ਵੀ ਉੱਚੇਰੀ ਅਵਸਥਾ ਤੱਕ ਲੈ ਜਾਂਦੀ ਹੈ ਲੈ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਤੇ ਕਿਰਤ ਤੇ ਸੇਵਾ ਦੀ ਅਸੀਂ ਗੱਲ ਕਰ ਰਹੇ ਆ ਤੇ ਕਈ ਵਾਰੀ ਕਿਰਤੇ ਸੇਵਾ ਤੋਂ ਬਾਅਦ ਅਸੀਂ ਸਵਾਰਥੀ ਹੋ ਜਾਂਦੇ ਆ ਹੂੰ ਇਹ 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 ਕਿਉਂ ਇਦਾਂ ਹੁੰਦਾ ਹੈ ਉਹਦੇ ਵਿੱਚ ਉਹ ਹੀ ਫਿਰ ਜਿਹੜਾ ਆਪਾਂ ਕਹਿੰਨੇ ਇਹ ਜਦੋਂ ਅਸੀਂ ਆਪਣੇ ਜੀਵਨ ਦੇ ਆਦਰਸ਼ ਨੂੰ ਭੁੱਲ ਜਾਂਨੇ ਆ ਜੀ ਤੇ ਇਹਨੂੰ ਆਪਾਂ ਸੱਚਾ ਮੰਨ ਕੇ ਸਭ ਕੁਝ ਹੂੰ ਜੀ ਦੁਨੀਆਂ ਨੂੰ ਜਿਹੜਾ ਹੈਗਾ ਤੇ ਫਿਰ ਮਨੁੱਖ ਹਮ ਕੀ ਆ ਹਮ ਕਰਾਂਗੇ ਵਾਲੇ ਜਿਹੜੀ ਦਸ਼ਾ ਦੇ ਵਿੱਚ ਵਿਚਰਨਾ ਸ਼ੁਰੂ ਕਰ ਦਿੰਦਾ ਹੂੰ ਤੇ ਫਿਰ ਉਹ ਇਹ ਵੀ ਕਹਿੰਦਾ ਹਮਰੀ ਭੂਮ ਘਾਲੇ ਕੌਣ ਪੈਰ ਬਿਲਕੁਲ ਮੇਰੀ ਜ਼ਮੀਨ ਤੇ ਕੋਈ ਪੈਰ ਰੱਖ ਕੇ ਦਿਖਾ ਦਵੇ ਐ ਉਹਨੂੰ ਲੱਗਦਾ ਵੀ ਮੈਂ ਸ਼ਾਇਦ ਇੱਥੇ ਇਹ ਪੱਕੇ ਤੌਰ ਤੇ ਜਿਹੜਾ ਹੈ ਦੁਨੀਆਂ ਦੇ ਵਿੱਚ ਬੈਠ ਗਿਆ ਆ ਕਿ ਬਿਲਕੁਲ ਪਰ ਜਿਹੜਾ ਭਗਤ ਨਾਮਦੇਵ ਜੀ ਦਾ ਹੈ ਨਾ ਇੱਕ ਉਹ ਬੜੀ ਵਧੀਆ ਧਾਰਨਾ ਉਹਨਾਂ ਨੇ ਮਥਿਆਸ ਦੇ ਵਿੱਚੋਂ ਦਿੱਤੀ ਹੋਈ ਹੈਗੀ ਆ ਜੀ ਬਈ ਬੜੇ ਵੱਡੇ ਲਮਈਆ ਅਰਜਣ ਵਾਲੇ ਬੰਦੇ ਵਿੱਚੇ ਮਾਰਕੰਡੇ ਤੇ ਇੱਕ ਉਹ ਅਦਕਾਈ ਜੀ ਬਿਲਕੁਲ ਬਿਲਕੁਲ ਮਾਰਕੰਡਾ ਰਿਸ਼ੀ ਕਹਿੰਦੇ ਬਹੁੜੀ ਵੱਡੀ ਉਮਰ ਵਾਲਾ ਹੋਇਆ ਜਿਹਨੇ ਤ੍ਰੇਣ ਧਨਮੂंड ਬੁਲਾਇ ਜਿਹੜੀ ਸਿਰ ਤੇ ਸਿਰ ਕੋ ਜਿਹੜੀ ਹੈਗੀ ਆ ਘਾ ਦਾ ਟੀਲਾ ਲੈ ਕੇ ਹੀ ਕਹਿੰਦੇ ਉਹਨੇ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਬਸਰ ਕਰ ਲਿਆ ਸੀ ਪਰ ਉਹ ਭਾਵੇਂ ਆ ਕਿ ਜਿਹੜਾ ਬੰਦਾ ਦਿਖਾਵੇ ਵਾਲੇ ਪਾਸੇ ਫਿਰ ਪਿਆ ਜਾਂਦਾ ਉਹ ਇੱਕ ਕਰਾਹੇ ਪੈਣ ਵਾਲੀ ਗੱਲ ਹੈਗੀ ਆ। ਤੋਂ ਫਿਰ ਖੁਦ ਵੀ ਭਟਕਿਆ ਜਿਹੜਾ ਹੈਗਾ ਫਿਰ ਜਿਹੜਾ ਬਾਣੀ ਚ ਲਿਖਿਆ ਹੈ। ਬਾਰ-ਬਾਰ ਆਉਣਾ ਜਾਣਾ ਪੈਣਾ ਇੱਕ ਜਿਹੜਾ ਆਦਰਸ਼ ਜਿਹੜਾ ਸਾਡੇ ਜੀ ਹੁੰਦਾ ਹੈਗਾ ਉਹ ਤੋਂ ਉਹ ਸਫਲ ਹੀ ਕਰਕੇ ਜਾ ਸਕਦਾ। ਬਿਲਕੁਲ ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਸਾਨੂੰ ਕਿਰਤ ਹਮੇਸ਼ਾ ਸੱਚੀ ਸੋਚੀ ਕਰਨੀ ਚਾਹੀਦੀ ਹੈ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਤੇ ਸਾਡੇ ਪ੍ਰੋਗਰਾਮ ਵਿੱਚ ਇੱਕ ਸ਼ਬਦ ਦਾ ਸਮਾਂ ਹੋ ਗਿਆ ਹੈ ਅੱਜ ਦੇ ਅਸੀਂ ਇਸ ਪ੍ਰੋਗਰਾਮ ਵਿੱਚ ਰੂਹਾਨੀਅਤ ਭਰੇ ਮਾਹੌਲ ਵਿੱਚ ਇੱਕ ਸ਼ਬਦ ਦੇ ਨਾਲ ਜੁੜਾਂਗੇ। ਔਰ ਜੁੜਦੇ ਹਾਂ ਜੀ ਇੱਕ ਸ਼ਬਦ ਦੇ ਨਾਲ

ਰਨੇ ਆਪਾ ਅਨੂਪਰਾਮ ਦਾਸਪੁਰ ਵਸਦੀ ਸਖਨ ਆਪਾ ਥਾਵ ਨਹੀਂ ਤੁਧ ਜੇਆ ਦੋਸਤੋ ਗੱਲਾਂ ਤੇ ਗੀਤ ਪ੍ਰੋਗਰਾਮ ਵਿੱਚ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਕਿਰਤ ਦੀ ਸੇਵਾ ਦੀ ਜੀਵਨ ਜਾਚ ਦੀ ਤੇ ਸਾਡੇ ਨਾਲ ਜੁੜੇ ਨੇ ਡਾਕਟਰ ਅਮਰਜੀਤ ਸਿੰਘ ਜੀ ਡਾਇਰੈਕਟਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਅਧਿਆਨ ਕੇਂਦਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਜੇ ਸ਼ਖਸੀਅਤ ਉਸਾਰੀ ਦੀ ਗੱਲ ਕਰੀਏ ਤੇ ਕਿਰਤ ਤੇ ਸੇਵਾ ਸੜੀ ਸ਼ਖਸੀਅਤ ਉਸਾਰੀ ਦੇ ਵਿੱਚ ਕਿਵੇਂ ਸਹਾਈ ਹੈ ਜਿਸ ਤਰ੍ਹਾਂ ਜੀ ਆਪਾਂ ਆਮ ਦੁਨਿਆਵੀ ਤੌਰ ਤੇ ਸਮਾਜ ਵਿੱਚ ਦੇਖਦੇ ਆਂ ਜੀ ਇਹ ਬੰਦਾ ਆਪਣੇ ਆਪ ਨੂੰ ਸਜਾਉਣ ਵਾਸਤੇ ਸੋਨਾ ਬਣਾਉਣ ਵਾਸਤੇ ਬਹੁਤ ਕੁਝ ਯਤਨ ਕਰਦਾ ਜਿਸ ਤਰ੍ਹਾਂ ਬੀਬੀਆਂ ਵਾਸਤੇ ਦੇਖੀਏ ਤਾਂ ਉਹਨਾਂ ਵਾਸਤੇ ਤਾਂ ਗਹਿਣੇ ਨੇ ਜਿन्हें ਆਪਾਂ ਕਹਿੰਦੇ ਆ ਨਾ ਵੱਖ-ਵੱਖ ਕਿਸਮ ਦੇ ਬਣੇ ਹੋਏ ਨੇ ਉਹ ਸਿਰਫ ਸਜਾਵਟ ਦਾ ਹਿੱਸਾ ਨੇ ਲੇਕਿਨ ਜਿਹੜੇ ਕਿਰਤ ਤੇ ਸੇਵਾ ਆ ਇਹ ਇਸ ਕਿਸਮ ਦੇ ਦੋ ਗਹਿਣੇ ਨੇ ਜਿਹੜੇ ਮਨੁੱਖ ਦੀ ਸ਼ਖਸੀਅਤ ਨੂੰ ਚਾਰ ਚੰਨ ਲਾ ਦਿੰਦੇ ਨੇ ਜੇਕਰ ਉਹਦੇ ਵਿੱਚ ਇਹ ਗੁਣ ਦੋਵੇਂ ਧਾਰਨ ਕਰ ਲਵੇ ਬਿਲਕੁਲ ਇਸ ਵਕਤ ਤੁਸੀਂ ਦੇਖਦੇ ਆਂ ਵੀ ਜਿਹੜਾ ਬੰਦਾ ਕੁਝ ਕਰਦਾ ਹੀ ਨਹੀਂ ਹੂੰ ਉਹ ਹਰ ਪਾਸਿਓ ਉਹਨੂੰ ਨਾਪਸੰਦ ਕੀਤਾ ਜਾਂਦਾ ਬਿਲਕੁਲ ਉਹ ਫਿਰ ਮਾਨਸਿਕ ਤੌਰ ਤੇ ਵੀ ਆਪਣੇ ਅੰਦਰ ਇਸ ਕਿਸਮ ਦੇ ਵਿਚਾਰ ਉਹਦੇ ਆਉਂਦੇ ਰਹਿੰਦੇ ਨੇ ਹੀਣ ਭਾਵਨਾਵਾਂ ਵਾਲੇ ਕਿ ਉਹ ਕਿਉਂ ਹਾਰਲੇ ਨੇ ਕਿਉਂ ਦੀ ਉਹ ਦਸ਼ਾ ਬਣਦੀ ਆ ਸਮਾਜ ਦੇ ਵਿੱਚ ਉਹਨੂੰ ਕਿਉਂ ਦਰਕਾਰਿਆ ਜਾਂਦਾ ਬੇਲ ਲੜ ਕੇ ਉਹਨੂੰ 100 ਕਿਸਮ ਦੇ ਜਿਹੜੇ ਹੈਗੇ ਆ ਉਹਨੂੰ ਗੱਲਾਂ ਕਹਿ ਕੇ ਲੋਕ ਸੰਬੋਧਨ ਹੁੰਦੇ ਨੇ ਪਰਿਵਾਰ ਵਿੱਚ ਵੀ ਪਿੰਡ ਵਿੱਚ ਵੀ ਦੇਖੀਏ ਤੇ ਬਾਹਰ ਵੀ ਹਰ ਪਾਸੇ ਜਿਹੜਾ ਹੈਗਾ ਉਹ ਮਨੁੱਖ ਸੋਭਾ ਨਹੀਂ ਪਾ ਸਕਦਾ ਸਤਕਾਰ ਨਹੀਂ ਪਾਉਂਦਾ ਬਿਲਕੁਲ ਤੇ ਕਿਰਤ ਤੇ ਇਹ ਜਿਹੜੀ ਸੇਵਾ ਆ ਇਹਦੇ ਇਹ ਸਮਾਜ ਨਾਲ ਵੀ ਜੁੜੀਆਂ ਹੋਈਆਂ ਨੇ ਦੋਵੇਂ ਚੀਜ਼ਾਂ ਜੀ ਜੀ ਬਿਲਕੁਲ ਤੇ ਮਨੁੱਖ ਦੇ ਨਿੱਜੀ ਸ਼ਖਸੀਅਤ ਨਾਲ ਵੀ ਜੁੜੀਆਂ ਹੋਈਆਂ ਜੁੜੀਆਂ ਹੋਈਆਂ ਬਿਲਕੁਲ ਜੀ ਤੇ ਜਿਹੜਾ ਮਨੁੱਖ ਇਹਨਾਂ ਦਾ ਧਾਰਨੀ ਹੋ ਜਾਂਦਾ ਇੱਕ ਤਾਂ ਕੁਦਰਤੀ ਆ ਉਹਦੇ ਮਨ ਦੇ ਵਿੱਚ ਵੀ ਇੱਕ ਬਹੁਤ ਜਿਹੜੀ ਹੈ ਇੱਕ ਸਵੈ ਸਤਕਾਰ ਨਾਲ ਅਸੀਂ ਕਿਦਾਂ ਇੱਕ ਚੰਗਾ ਜੀਵਨ ਕਿਦਾਂ ਜੂਣਾ ਹੈਗਾ ਉਹ ਭਾਵਨਾ ਵੀ ਆਉਂਦੀ ਆ ਜਿਸ ਦਿਨ ਨਾਲ ਉਹਦੇ ਵਿੱਚ ਸੈਲਫ ਕੰਫੀਡੈਂਸ ਆਤਮ ਵਿਸ਼ਵਾਸ ਦੀ ਗੱਲ ਜਿਹੜੀ ਹੈਗੀ ਆ ਉਹ ਵੀ ਉਹਦੇ ਜੀਵਨ ਦਾ ਇੱਕ ਹਿੱਸਾ ਬਣ ਜਾਂਦਾ ਤੇ ਉਹ ਹਰ ਕੰਮ ਜਿਹੜਾ ਹੈਗਾ ਉਹ ਔਖੇ ਤੋਂ ਔਖਾ ਜਿਹੜਾ ਹੈ ਉਹ ਕਰਦਾ ਖੁਸ਼ ਹੋ ਕੇ ਕਰਦਾ ਜੀ ਜੀ ਤੇ ਆਪਾਂ ਇਹ ਜਾਣਦੇ ਹਾਂ ਵੀ ਸਮਾਜ ਦੇ ਵਿੱਚ ਜਦੋਂ ਆਪਾਂ ਵਿਚਰਦੇ ਆਂ ਕਿਰਤ ਕਰਦੇ ਆਂ ਕੰਮ ਕਰਦੇ ਆਂ ਤੇ ਜਿੰਦਗੀ ਦੇ ਵਿੱਚ ਉਤਰਾ ਚੜਾਅ ਵੀ ਆਉਂਦੇ ਇਹ ਨਹੀਂ ਕਿ ਹਰ ਕੰਮ ਜਿਹੜਾ ਵੀ ਆਪਾਂ ਕਰੀਏ ਉਹਦੇ ਵਿੱਚ ਸਫਲਤਾ ਹੀ ਹੋਵੇ ਲਾਭ ਹੀ ਮਿਲੇ ਜੀ ਜੀ ਕਈ ਵਾਰ ਸਫਲਤਾ ਵੀ ਮਿਲ ਜਾਂਦੀ ਆ ਬਿਲਕੁਲ ਲੇਕਿਨ ਜਿਹੜਾ ਨਾਲ ਸੇਵਾ ਵਾਲੇ ਪੱਖ ਨੂੰ ਵੀ ਜੁੜਿਆ ਹੁੰਦਾ ਹੂੰ ਤੇ ਉਹ ਮੈਂ ਪਹਿਲਾਂ ਵੀ ਕਿਹਾ ਵੀ ਸੰਤੋਖੀ ਹੋ ਜਾਂਦਾ ਬੰਦਾ ਹੈ ਲਾਲਚੀ ਨਹੀਂ ਹੁੰਦਾ ਸਵਾਰਥੀ ਨਹੀਂ ਹੁੰਦਾ ਮਨੁੱਖ ਜਿਹੜਾ ਹੈਗਾ ਹੂੰ ਬਿਲਕੁਲ ਜੀ ਤੇ ਉਹ ਫਿਰ ਉਤਰਾ ਚੜਾਅ ਦੇ ਵੇਲੇ ਵੀ ਘਬਰਾਉਂਦਾ ਨਹੀਂ ਡੋਲਦਾ ਨਹੀਂ ਹੈ ਹੂੰ ਉਹ ਵਧੀਆ ਢੰਗ ਦੇ ਨਾਲ ਇੱਕ ਚੜ੍ਹਦੀ ਕਲਾ ਦੇ ਨਾਲ ਆਪਣਾ ਮਨੋਵਲ ਬਣਾ ਕੇ ਹਰ ਦਸ਼ਾ ਦੇ ਵਿੱਚ ਵਿਚਰਦਾ ਇਸ ਢੰਗ ਦੇ ਨਾਲ ਇਹ ਸੇਵਾ ਤੇ ਕਿਰਤ ਜਿਹੜੇ ਹੈਗੇ ਆ ਮਨੁੱਖ ਨੂੰ ਇੱਕ ਸੋਹਣਾ ਤੇ ਸੁਚੱਜਾ ਜਿਹੜਾ ਜੀਵਨ ਹੈਗਾ ਉਹ ਬਖਸ਼ਦੇ ਆ ਬਿਲਕੁਲ ਜੀ ਇਹ ਗੱਲ ਠੀਕ ਹੈ ਮੈਂ ਤੁਹਾਡੀ ਗੱਲ ਦੇ ਨਾਲ ਇੱਕ ਹੋਰ ਗੱਲ ਜੋੜਨਾ ਚਾਹਾਂਗਾ ਕਿ ਜੇ ਕਿਰਤ ਤੇ ਸੇਵਾ ਕਰੀਏ ਨਾ ਤੇ ਸਾਨੂੰ ਉਹ ਨਿਮਰਤਾ ਵੀ ਬਖਸ਼ਦੀ ਹੈ ਮਿੱਠਤ ਮਿੱਠਤ ਨਹੀਂ ਵੀ ਨਾਨਕਾ ਗੁਣ ਚੰਗਿਆਈਆਂ ਤਤ ਜਾਂ ਕਹ ਲੋ ਧਰਤ ਰਾਜੂ ਤੋਲੀ ਇੰਨੇਵੇਂ ਸੋਹਰਾ ਹੋਏ ਗੁਰੂ ਜੀ ਨੇ ਉਪਦੇਸ਼ ਵੀ ਦਿੱਤੇ ਨੇ ਤੇ ਜੇ ਮੈਂ ਕਿਰਤ ਸੇਵਾ ਨੂੰ ਦੂਸਰੇ ਰੂਪ ਵਿੱਚ ਵੇਖਾਂ ਤੇ ਕਿਰਤ ਸੇਵਾ ਜਬੇ ਬਾਨ ਲੱਗ ਗਿਆ ਤਬੇ ਰੋਸ ਜਾਗ ਗਿਆ ਸਾਨੂੰ ਉਸ ਬੰਨੇ ਵੀ ਜੋੜਦੀ ਹੈ ਕਿ ਅਸੀਂ ਆਪਣੇ ਵਿਰਸੇ ਲਈ ਕੁਰਬਾਨ ਵੀ ਹੋ ਸਕਦੇ ਹਾਂ ਕਿ ਕਿਰਤ ਤੇ ਸੇਵਾ ਸਾਡੀ ਸ਼ਖਸੀਅਤ ਨੂੰ ਇੰਨਾ ਕਿਨਖਾਰ ਦਿੰਦੀ ਹੈ ਕਿ ਜੇ ਅਸੀਂ ਝੁੱਕ ਕੇ ਜਾਂ ਹੱਥ ਜੋੜ ਕੇ ਕੰਮ ਕਰਦੇ ਹਾਂ ਤੇ ਲੋੜ ਪੈਣ ਤੇ ਅਸੀਂ ਤਲਵਾਰ ਵੀ ਉਠਾ ਸਕਦੇ ਹਾਂ ਇਹ ਭਾਵਨਾ ਉਸੇ ਵਿੱਚ ਹੋ ਸਕਦੀ ਹੈ ਜਿਹੜਾ ਕਿਰਤ ਦੇ ਨਾਲ ਜੁੜਿਆ ਹੋਏ ਵਿਰਸੇ ਦੇ ਨਾਲ ਜੁੜਿਆ ਹੋਏ ਤੁਸੀਂ ਇਸ ਗੱਲ ਨੂੰ ਕਿੱਦਾਂ ਲੈਂਦੇ ਇਹ ਆਪਾਂ ਦੇਖੀਏ دنیਵੀ ਤੌਰ ਤੇ ਵੀ ਜਿਹੜਾ ਕੁਝ ਵੰਡ ਕੇ ਛਕਣ ਵਾਲੀ ਜਿਹੜੀ ਗੱਲ ਹੈ ਹਰ ਬੰਦਾ ਨਹੀਂ ਕਰ ਸਕਦਾ ਜੀ ਫਿਰ ਆਪਾਂ ਦੇਖਦੇ ਹਾਂ ਸਮਾਜ ਦੇ ਵਿੱਚ ਵੀ ਬੜੇ ਬੜੇ ਪੈਸੇ ਵਾਲੇ ਲੋਕ ਹੁੰਦੇ ਨੇ ਲੇਕਿਨ ਉਹਨਾਂ ਕੋਲੇ ਉਹ ਇੱਕ ਸੋਚ ਉਹ ਵਿਚਾਰਧਾਰਾ ਜੀ ਜਿਹੜੀ ਸਮਾਜ ਦੇ ਨਾਲ ਜੁੜੀ ਹੁੰਦੀ ਹੈ ਉਹ ਨਾ ਹੋਣ ਕਰਕੇ ਉਹ ਜਿਹੜਾ ਪੈਸਾ ਆ ਆਪਣੇ ਤੱਕ ਸੀਮਤ ਰੱਖਦੇ ਨੇ ਬਿਲਕੁਲ ਤੇ ਔਰੋ ਜੋ ਬਾਣੀ ਦਾ ਨਿਰਣਾ ਹੈਗਾ ਭੇ ਭੋਗ ਕੀ ਕੋ ਦੁੱਖ ਰੋਗ ਵਿਆਪੈ ਹਾਂ ਜਿਹੜਾ ਆਪਣੇ ਤੱਕ ਸੀਮਤਾ ਖਾਣ ਪੀਣ ਤੱਕ ਸੀਮਤ ਹੋ ਗਿਆ ਜੀ ਤੇ ਕਈ ਵਾਰ ਤਾਂ ਆਪਾਂ ਹੁਣ ਇਹ ਵੀ ਦੇਖਦੇ ਹਾਂ ਜਿੱਦਾਂ ਦੀ ਹੁਣ ਬਿਮਾਰੀਆਂ ਲੱਗ ਗਈਆਂ ਕਿ ਸਾਰਾ ਕੁਝ ਪੈਸਾ ਤਾਂ ਹੈਗਾ ਲੇਕਿਨ ਉਹਨੂੰ ਡਾਕਟਰ ਹੀ ਬੰਦ ਕਰ ਦਿੰਦੇ ਤੂੰ ਆਹ ਨਹੀਂ ਖਾ ਸਕਦਾ ਹਾਰੀ ਖਾ ਸਕਦਾ ਬਿਲਕੁਲ ਪਰ ਉਹ ਐਸੀ ਦਸ਼ਾ ਕਿਉਂ ਬਣਦੀ ਆ ਹੂੰ ਕਿਉਂਕਿ ਮਨੁੱਖ ਸਿਰਫ ਆਪਣੇ ਤੱਕ ਆ ਹੂੰ ਹੂੰ ਤੇ ਦੂਜੇ ਵਾਸਤੇ ਜਿਹੜਾ ਹੈਗਾ ਕੁਝ ਸਮਾਜ ਲਈ ਕਰਨ ਵਾਲਾ ਜੀ ਸੇਵਾ ਜਦੋਂ ਕਰੂਗਾ ਉਹ ਸਮਾਜ ਵਾਸਤੇ ਆਪਣੇ ਪਰ ਤੋਂ ਉੱਪਰ ਉੱਠ ਕੇ ਜਿਹੜਾ ਦੂਜਿਆਂ ਵਾਸਤੇ ਸੋਚਣਾ ਚੋਬ ਕਰ ਲੰਗਾ ਜੀ ਜੀ ਇੱਕ ਤਾਂ ਧੰਦੀ ਹੋ ਗਈ ਹਮ ਪਦਾਰਥਾਂ ਦੀ ਹੋ ਗਈ ਆਪਾਂ ਚੀਜ਼ਾਂ ਵੰਡਣੀਆਂ ਲੋਕ ਲੋੜ ਦੇ ਮੁਤਾਬਕ ਜੇ ਕਿਸੇ ਨੂੰ ਮਤਲਬ ਆ ਵਿੱਦਿਆ ਦੀ ਲੋੜ ਆ ਸਿੱਖਿਆ ਦੀ ਲੋੜ ਹੈਗੀ ਆ ਕਿਸੇ ਨੂੰ ਦਵਾਈਆਂ ਦੀ ਲੋੜ ਜਿਹੜੀ ਹੈਗੀ ਆ ਇਸ ਕਿਸੇ ਨੂੰ ਆਪਾਂ ਹੁਣ ਦੇਖ ਰਹੇ ਆ ਸਮਾਜ ਦੇ ਵਿੱਚ ਲੋਕ ਕੋਈ ਦਵਾਈਆਂ ਦੀ ਸੇਵਾ ਕਰ ਰਿਹਾ ਲੋੜਵੰਦਾਂ ਵਾਸਤੇ ਕੋਈ ਬੱਚਿਆਂ ਨੂੰ ਪੜਾਉਣ ਦੀ ਸੇਵਾ ਕਰ ਰਿਹਾ ਬਜੀਫੇ ਦੇ ਦੇ ਕੇ ਉਹ ਵੀ ਸੇਵਾ ਦੇ ਰੂਪ ਨੇ ਜੀ ਜੀ ਤੇ ਲੇਕਿਨ ਜਦੋਂ ਇਸ ਰਸਤੇ ਤੇ ਤੁਰਨ ਵਾਲੇ ਹੁੰਦੇ ਨੇ ਉਹ ਫਿਰ ਧਨ ਤੱਕ ਪਦਾਰਥਾਂ ਤੱਕ ਤੱਕ ਸੀਮਿਤ ਨਹੀਂ ਰਹਿੰਦੇ দান ਕਰਨ ਦੇ ਤੇ ਜੇ ਲੋੜ ਪਵੇ ਸਮਾਜ ਦੇ ਵਿੱਚ ਉਹਨਾਂ ਨੂੰ ਕੋਈ ਐਸੀ ਦਸ਼ਾ ਬਣ ਜਾਵੇ ਤਾਂ ਉਹ ਆਪਾਂ ਕਰਵਾਨ ਤੱਕ ਵੀ ਚੱਲ ਜਾਂਦੇ ਨੇ ਜਿਵੇਂ ਹੈਗੇ ਆ ਤੇ ਸਮਾਜ ਵਿੱਚ ਸਾਨੂੰ ਬਹੁਤ ਸਾਰੀਆਂ ਧਾਰਨਾਵਾਂ ਇਦਾਂ ਦੀਆਂ ਮਿਲਦੀਆਂ ਨੇ ਕਿ ਲੋਕਾਂ ਵਾਸਤੇ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਤੇ ਜਿਸ ਤਰ੍ਹਾਂ ਆਪਾਂ ਦੇਖੀਏ ਵੀ ਆ ਦਿਨ ਜਿਹੜੇ ਚੱਲ ਰਹੇ ਨੇ ਸਾਕਾ ਨਨਕਾਣਾ ਸਾਹਿਬ ਜੀ ਆਉਣ ਵਾਲਾ ਹੈ ਤੋ ਕਿੱਡਾ ਵੱਡਾ ਇੱਕ ਸਾਖਾ ਹੋਇਆ 21 ਫਰਵਰੀ ਕਿੱਡੀ ਮਤਲਬ ਆ 21 ਫਰਵਰੀ ਦੇ ਦਿਨ ਜਿਹੜਾ ਹੈ ਉਹ ਕਿੱਡੀ ਵੱਡੀ ਜਿਹੜੀ ਹੈ ਸ਼ਹਾਦਤਾਂ ਹੋਈਆਂ ਕਾਦੇ ਵਾਸਤੇ ਸਮਾਜ ਵਾਸਤੇ ਸੀ ਧਰਮ ਵਾਸਤੇ ਸੀ ਇਹ ਜਿਹੜਾ ਇੱਕ ਆਦਰਸ਼ਿਕ ਸੋਚ ਜਾਂ ਵਿਚਾਰਧਾਰਾ ਜਾਂ ਸਿੱਖਿਆਵਾਂ ਦੀ ਜਿਹੜੀ ਸਾਨੂੰ ਉੱਥੋਂ ਸੋਝੀ ਮਿਲਣੀ ਸੀ ਉੱਥੇ ਬੈਠੇ ਹੋਏ ਬੰਦੇ ਜਿਹੜੇ ਹੈਗੇ ਉਹ ਗਲਤ ਕੰਮ ਕਰ ਰਹੇ ਨੇ ਤੇ ਉਹਨਾਂ ਨੂੰ ਹਟਾਉਣ ਵਾਸਤੇ ਉਹਨਾਂ ਨੂੰ ਰੋਕਣ ਵਾਸਤੇ ਬ੍ਰਾਈ ਦੇ ਖਾਤਮੇ ਵਾਸਤੇ ਉਹ ਆਪਾ ਕਰਵਾਨ ਕਰ ਤੋਂ ਵੀ ਪਿੱਛੇ ਨਹੀਂ ਹਟਦੇ ਤੇ ਇਹ ਇੱਕ ਬਹੁਤ ਵੱਡੀ ਸੇਵਾ ਜਿਹੜੀ ਹੈਗੀ ਆ ਤੇ ਇਸ ਸੇਵਾ ਦੇ ਨਾਲ ਸਮਾਜ ਦੇ ਵਿੱਚ ਜਦੋਂ ਫਿਰ ਬਹੁਤ ਅਧੋਗਤੀ ਵਾਲੀ ਦਸ਼ਾ ਬਣ ਜਾਂਦੀ ਆ ਲੋਕ ਬਹੁਤ ਆਪਣੇ ਆਪ ਨੂੰ ਆਪਣੇ ਸਵੈਵਿਸ਼ਵਾਸ ਨੂੰ ਵੀ ਜਿਹੜਾ ਹੈਗਾ ਗਵਾ ਲੈਂਦੇ ਨੇ ਉਸ ਦਸ਼ਾ ਦੇ ਵਿੱਚ ਆ ਕੇ ਐਸੇ ਲੋਕ ਜਿਹੜੇ ਸਮਾਜ ਦੇ ਵਿੱਚ ਸੇਵਾ ਦੀ ਭਾਵਨਾ ਰੱਖਣ ਵਾਲੇ ਹੁੰਦੇ ਨੇ ਆਪਣੇ ਨਿੱਜ ਤੋਂ ਪਰ ਉੱਠ ਕੇ ਜਿਹੜਾ ਹੈਗਾ ਦੂਜਿਆਂ ਦਾ ਸੋਚਣ ਵਾਸਤੇ ਕਰਦੇ ਨੇ ਕੁਝ ਕੰਮ ਤੇ ਉਹ ਫਿਰ ਇੱਕ ਪਰਪਕਾਰ ਸਮਝ ਲਓ ਜਾਂ ਉਹ ਕੁਰਬਾਨੀ ਵਾਲੇ ਰੂਪ ਵਿੱਚ ਸਮਝ ਲਓ ਉਹ ਆਪਣੀ ਜਾਨ ਦੀ ਬਾਜ਼ੀ ਲਾ ਕੇ ਵੀ ਜਿਹੜਾ ਹੈ ਤੇ ਅਸੀਂ ਜਾਤੀ ਦਾ ਸੰਘਰਸ਼ ਦੇਖ ਲਈਏ ਕਿੰਨੇ ਲੋਕਾਂ ਨੇ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਇਹ ਵੀ ਇੱਕ ਸੇਵਾ ਦਾ ਰੂਪ ਹੀ ਸੀ ਉਹਨਾਂ ਦਾ ਜੇ ਅਸੀਂ ਗੱਲ ਕਰ ਰਹੇ ਹਾਂ ਸੇਵਾ ਦੀ ਅਸੀਂ ਗੱਲ ਕਰ ਰਹੇ ਹਾਂ ਕਿਰਤ ਦੀ ਤੇ ਜੇ ਗੱਲ ਕਰੀਏ ਕਿ ਇੱਕ ਬੱਚੇ ਦਾ ਜਦੋਂ ਜਨਮ ਹੁੰਦਾ ਹੈ ਤੇ ਘਰ ਹੀ ਉਹਦਾ ਪਹਿਲਾ ਸਕੂਲ ਹੁੰਦਾ ਹੈ ਘਰ ਤੋਂ ਹੀ ਉਹ ਸਭ ਕੁਝ ਸਿੱਖਦਾ ਹੈ ਤੇ ਕਿਵੇਂ ਉਹ ਇਹ ਕਿਰਤ ਦੇ ਪਾਠ ਜਾਂ ਸੇਵਾ ਦੇ ਪਾਠ ਕਰੋ ਸਿੱਖ ਸਕਦਾ ਇਹ ਬਹੁਤ ਵਧੀਆ ਤੁਸੀਂ ਜਿਹੜੀ ਹੈ ਜਿਹੜਾ ਸਵਾਲ ਕੀਤਾ ਵੀ ਇਸ ਕਿਸਮ ਦੀ ਸੋਚ ਜਿਹੜੀ ਹੈ ਮਨੋੱਖ ਨੂੰ ਕਿੱਥੋਂ ਮਿਲਣੀ ਹੈ ਤੇ ਸਭ ਤੋਂ ਪਹਿਲਾਂ ਜਿਹੜਾ ਹੈ ਉਹਦਾ ਬੱਚੇ ਦਾ ਸਿੱਖਣ ਦਾ ਜਿਹੜਾ ਹੈਗਾ ਉਹ ਥਾਂ ਬਣਦਾ ਜਿਹੜਾ ਸਥਾਨ ਹੁੰਦਾ ਉਹ ਹੁੰਦਾ ਪਰਿਵਾਰ ਜੀ ਜੀ ਪਰਵਾਰ ਦੇ ਵਿੱਚ ਵੀ ਜੇ ਦੇਖੀਏ ਤਾਂ ਸਭ ਤੋਂ ਮੁੱਖ ਜ਼ਿੰਮੇਵਾਰ ਜਿਹੜੀ ਹੈਗੀ ਉਹ ਮਾਤਾ ਦੀ ਹੁੰਦੀ ਹੈ। ਮਾਤਾ ਜੀ। ਤੇ ਜਦੋਂ ਉਹਨੂੰ ਘਰ ਦੇ ਵਿੱਚ ਉਹ ਇਸ ਕਿਸਮ ਦੀ ਸੋਚ ਦੇ ਨਾਲ ਜੋੜਿਆ ਜਾਂਦਾ ਜਿਹੜਾ ਹੈ ਵੀ ਕੰਮ ਕਰਨਾ ਚੰਗਾ ਹੁੰਦਾ ਸੇਵਾ ਵਾਲੀ ਭਾਵਨਾ ਦੇ ਨਾਲ ਜੋੜਨਾ ਇੱਕ ਚੰਗੇ ਸੰਸਕਾਰ ਦੇ ਇੱਕ ਜਿਹੜਾ ਹੈਗਾ ਬੱਚੇ ਨੂੰ ਜਿਹੜਾ ਆਪਾਂ ਵੱਡਾ ਕਰਦੇ ਆ ਤੇ ਫਿਰ ਉਹ ਇੱਕ ਆਦਰਸ਼ਿਕ ਮਾਨਵ ਦੇ ਰੂਪ ਵਿੱਚ ਸਮਾਜ ਦੇ ਵਿੱਚ ਜਿਹੜਾ ਹੈਗਾ ਵਿਚਰਦਾ ਜੀ ਤੇ ਪਹਿਲੇ ਨੰਬਰ ਤੇ ਤਾਂ ਹੈ ਪਰਿਵਾਰ ਜਿਹੜਾ ਹੈ ਉਹਨੂੰ ਸਿਖਾਉਣ ਦਾ ਤੇ ਸਿੱਖਣ ਦਾ ਜਿਹੜਾ ਉਹਨੇ ਕਰਨਾ ਹੁੰਦਾ ਉਹ ਪਰਿਵਾਰ ਚੋਂ ਮਿਲਣਾ ਜੀ ਫਿਰ ਉਸ ਤੋਂ ਬਾਅਦ ਜਦੋਂ ਥੋੜਾ ਜਿਹਾ ਵੱਡਾ ਹੋ ਗਿਆ ਫਿਰ ਉਹਨੇ ਸਕੂਲ ਜਾਣਾ ਬਿਲਕੁਲ ਫਿਰ ਉਹਨੂੰ ਉੱਥੇ ਇੱਕ ਵੱਖਰਾ ਮਾਹੌਲ ਮਿਲਣਾ ਸ਼ੁਰੂ ਹੋ ਜਾਂਦਾ ਜੀ ਫਿਰ ਉਹਦੀ ਸੰਗਤ ਕੈਸੀ ਬਣਦੀ ਹੈ ਜੀ ਉਹਦੇ ਵਿੱਚ ਉਹ ਸਿੱਖਦਾ ਤੇ ਜਿਹੜੇ ਉੱਥੇ ਦੇ ਅਧਿਆਪਕ ਨੇ ਪੜਾਉਣ ਵਾਲੇ ਨੇ ਪ੍ਰਬੰਧਕ ਨੇ ਉਹਨਾਂ ਦੀ ਸੋਚ ਕੀ ਆ ਹੂੰ ਕਿ ਉਹ ਵਪਾਰੀ ਨੇ ਇਕੱਲੇ ਹੂੰ ਜੀ ਪੈਸਾ ਇਕੱਠਾ ਹੀ ਕਰਨਾ ਉਹਨਾਂ ਦਾ ਲਕਸ਼ਯਾਪਣਾ ਨਾਲਿਆ ਹੋਇਆ ਤੇ ਫਿਰ ਸ਼ਾਇਦ ਉਹ ਬੱਚਿਆਂ ਦੇ ਵਿੱਚ ਉਸ ਕਿਸਮ ਦੀ ਭਾਵਨਾ ਜਿਹੜੀ ਹੈਗੀ ਆ ਸੇਵਾ ਵਾਲੀ ਤੇ ਇਮਾਨਦਾਰੀ ਵਾਲੀ ਜਿਹੜੀ ਆਪਾਂ ਕਹਿੰਦੇ ਇੱਕ ਚੰਗੀ ਸ਼ਖਸੀਅਤ ਵਾਸਤੇ ਜਿਹੜੇ ਗੁਣ ਹੁੰਦੇ ਨੇ ਨੇਕੀ ਦਾ ਸੱਚਾਈ ਦਾ ਇਮਾਨਦਾਰੀ ਦਾ ਉਹ ਸ਼ਾਇਦ ਉਹ ਬੱਚੇ ਪੜ ਸਕਦੇ ਨੇ ਚੰਗੇ ਨੰਬਰ ਵੀ ਹੋ ਸਕਦਾ ਲਿਆ ਸਕਦੇ ਨੇ ਲੇਕਿਨ ਉਹ ਜਿਹੜਾ ਅਸਲ ਜਿਹੜੀ ਸਿੱਖਿਆ ਹੈਗੀ ਆ ਪ੍ਰੈਕਟੀਕਲੀ ਜਿਹੜਾ ਜਿਹੜੇ ਸਮਾਜ ਵਾਸਤੇ ਤੇ ਮਨੁੱਖ ਵਾਸਤੇ ਬਿਹਤਰੀ ਵਾਲੀ ਗੱਲ ਉਹ ਨਹੀਂ ਹੋ ਸਕਦੀ ਜੀ ਬਿਲਕੁਲ ਜੀ ਸਦਾ ਭਾਰਤ ਦੇਸ਼ ਬਹੁਤ ਵਿਸ਼ਾਲ ਦੇਸ਼ ਹੈ ਇਸ ਵਿੱਚ ਬਹੁਤ ਸਾਰੇ ਧਰਮ ਨੇ ਸਾਰੇ ਧਰਮਾਂ ਦੇ ਪੀਰਾਂ ਨੇ ਪੈਗੰਬਰਾਂ ਨੇ ਗੁਰੂਆਂ ਨੇ ਵਕ ਵਕ ਸੰਦੇਸ਼ ਦਿੱਤੇ ਨੇ ਕਿਰਤ ਨੂੰ ਲੈ ਕੇ ਸੇਵਾ ਨੂੰ ਲੈ ਕੇ ਤੇ ਉਹ ਇਹੀ ਦੱਸਦੇ ਨੇ ਕਿ ਕਿਰਤ ਕਰਾਂਗੇ ਸੇਵਾ ਕਰਾਂਗੇ ਤਾਂ ਅਸੀਂ ਆਪਣੇ ਜੀਵਨ ਪੱਧ ਨੂੰ ਸੁਖਾਲਾ ਕਰਦਿਆਂ ਹੋਇਆ ਸਹੀ ਢੰਗ ਦੇ ਨਾਲ ਅਸਲੀ ਮੰਜ਼ਲ ਤੇ ਪਹੁੰਚ ਸਕਦੇ ਹਾਂ ਤੇ ਜੇ ਆਪਣੇ ਗੁਰੂਆਂ ਦੇ ਉਪਦੇਸ਼ਾਂ ਦੇ ਉੱਤੇ ਅਸੀਂ ਚੱਲਣਾ ਚਾਹੁੰਨੇ ਹਾਂ ਤੇ ਕਿਸ ਤਰ੍ਹਾਂ ਆਪਣੇ ਜੀਵਨ ਨੂੰ ਢਾਲ ਸਕਦੇ ਹਾਂ ਸਾਨੂੰ ਕੀ ਕੀ ਕਰਨ ਦੀ ਲੋੜ ਹੈ ਅੱਜ ਦੇ ਦੌਰ ਵਿੱਚ ਦੇਖੋ ਜਦੋਂ ਅਸੀਂ ਕੋਈ ਇਸਾ ਦਰਸ਼ ਦੀ ਗੱਲ ਕਰਨੀ ਜਾਂ ਆਪਣੀ ਜ਼ਿੰਦਗੀ ਨੂੰ ਚੰਗਾ ਬਣਾਉਣ ਦੀ ਗੱਲ ਕਰਨੀ ਜਿਹੜੀ ਹੈਗੀ ਆ ਜਿਹੜੇ ਸਾਰੇ ਧਰਮਾਂ ਦੇ ਮੁਖੀਆਂ ਨੇ ਆਗੂਆਂ ਨੇ ਪਗੰਬਰਾਂ ਨੇ ਮਤਲਬ ਵਾਸ ਮਨੁੱਖ ਦੀ ਬਿਹਤਰੀ ਵਾਸਤੇ ਜਿਹੜੇ ਹੈਗੇ ਆ ਰਸਤਾ ਜਿਹੜਾ ਦੱਸਿਆ ਹੋਇਆ ਹੈਗਾ ਸਿੱਖਿਆਵਾਂ ਦੇ ਰੂਪ ਵਿੱਚ ਬਿਲਕੁਲ ਤੇ ਜੇ ਤਾਂ ਅਸੀਂ ਉਹਨਾਂ ਨੂੰ ਸਿਰਫ ਦਿਖਾਵੇ ਤੱਕ ਦਿਖਾਉਣ ਵਾਸਤੇ ਤੱਕ ਸੀਮਿਤ ਰਹਿ ਜੀ ਜੀ ਤੇ ਫਿਰ ਤਾਂ ਉਹਦਾ ਕੁਝ ਨਹੀਂ ਮਿਲਣਾ ਹੁੰਦਾ ਜੀ ਅਸਲ ਗੱਲ ਇਹ ਹੈ ਵੀ ਪ੍ਰੈਕਟੀਕਲੀ ਉਹਨਾਂ ਚੀਜ਼ਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ ਇਹ ਬਹੁਤ ਹੀ ਜ਼ਰੂਰੀ ਹਿੱਸਾ ਹੁੰਦਾ ਜੀ ਤੇ ਜੇ ਤਾਂ ਅਸੀਂ ਉਹਨੂੰ ਧਾਰਨ ਕਰ ਲਈਏ ਤੇ ਫੇਰ ਤਾਂ ਬੇਤਰੀ ਸਾਡੀ ਵੀ ਆ ਤੇ ਸਮਾਜ ਦੀ ਵੀ ਹੈ ਤੇ ਪਰਿਵਾਰ ਦੀ ਵੀ ਹੈ ਜੀ ਬਿਲਕੁਲ ਬਿਲਕੁਲ ਪਰ ਮਨੁੱਖ ਅਕਸਰ ਗਮਰਾ ਹੋ ਜਾਂਦਾ ਭੁੱਲ ਜਾਂਦਾ ਉਹਨੂੰ ਸ਼ਾਰਟਕਟ ਜਿਹੜੇ ਰਸਤੇ ਨੇ ਉਹ ਚੰਗੇ ਲੱਗਦੇ ਨੇ ਉਹ ਸਮਾਜ ਦੇ ਵਿੱਚ ਸੋਚਦਾ ਵੀ ਥੋੜੀ ਜਿਹੀ ਸੋਚਣਾ ਜਦੋਂ ਅਸੀਂ ਛੋਟੀ ਸੋਚ ਰੱਖ ਕੇ ਸੋਚਣਾ ਸ਼ੁਰੂ ਕਰ ਦਿੰਨੇ ਆ ਤੇ ਸਾਨੂੰ ਫਿਰ ਦੂਰ ਦਾ ਰਸਤਾ ਜਿਹੜਾ ਉਹ ਨਜ਼ਰ ਨਹੀਂ ਆ ਸਕਦਾ ਤੇ ਬਾਣੀ ਵਿੱਚ ਜਾਂ ਧਰਮ ਗ੍ਰੰਥਾਂ ਵਿੱਚ ਜਾਂ ਆਪ ਆ ਗਏ ਵੀ ਜਿਹੜੇ ਸਾਡੇ ਧਾਰਮਿਕ ਪਗੰਬਰ ਨੇ ਉਹ ਸਾਨੂੰ ਦੱਸਦੇ ਨੇ ਵੀ ਆਹ ਸੰਸਾਰ ਜਿਹੜਾ ਹੈ ਇਹ ਤੁਹਾਡੀ ਮੰਜ਼ਿਲ ਨਹੀਂ ਹੈ ਇੱਕ ਉਸ ਸਮੇਂ ਵਾਸਤੇ ਤੁਹਾਨੂੰ ਜਿਹੜਾ ਸਮਾਂ ਮਿਲਿਆ ਜਿਸ ਤਰ੍ਹਾਂ ਉਦਾਹਰਨਾਂ ਬਾਣੀ ਵਿੱਚ ਮਿਲਦੀਆਂ ਨੇ ਵੀ ਇੱਕ ਇੱਕ ਮੁਸਾਫਰਖਾਨਾ ਇਹ ਬਿਲਕੁਲ ਤੁਸੀਂ ਸਫ਼ਰ ਕਰ ਰਹੇ ਸੀ ਜ਼ਿੰਦਗੀ ਦੇ ਵਿੱਚ ਤੇ ਜਿਸ ਤਰ੍ਹਾਂ ਸਰਾਵਾਂ ਮਿਲਦੀਆਂ ਨੇ ਬੰਦੇ ਨੂੰ ਠਹਿਰਨ ਰਹਿਣ ਵਾਸਤੇ ਨਿਵਾਸ ਮਿਲ ਸਕਦੇ ਨੇ ਰਹਿਣ ਵਾਸਤੇ ਇਹ ਇੱਕ ਤੇਰਾ ਪੱਕਾ ਟਿਕਾਣਾ ਨਹੀਂ ਹੈ ਇੱਥੇ ਤੂੰ ਕੁਝ ਸਮੇਂ ਵਾਸਤੇ ਆਇਆ ਤੇ ਸਮਾਂ ਜਿਹੜਾ ਉਹ ਤੈਨੂੰ ਨਹੀਂ ਪਤਾ ਕੰਨਾ ਆ ਜੀ ਬਿਲਕੁਲ ਤੇ ਕਦੋਂ ਉੱਠ ਕੇ ਤੁਰਨਾ ਪੈ ਸਕਦਾ ਬਾਣੀ 'ਚ ਬੜਾ ਬੜੀ ਵਧੀਆ ਧਾਰਨ ਦਿੱਤੀ ਹੋਏਗੀ ਹੁਣ ਉੱਠ ਚੱਲਣਾ ਮੋਹਤ ਕੇ ਤਾਲ ਤਾੜੀ ਵੱਜਣ ਨੂੰ ਜਿੰਨਾ ਸਮਾਂ ਲੱਗਦਾ ਹਨਾ ਕਹਿੰਦੇ ਉਸ ਲਈ ਵੀ ਤੈਨੂੰ ਮਨੁੱਖ ਨੂੰ ਉੱਠ ਕੇ ਤੁਰਨਾ ਪੈ ਸਕਦਾ ਜੀ ਜੀ ਤੇ ਜਦੋਂ ਇਸ ਆਪਾਂ ਸਚਾਈ ਨੂੰ ਸਮਝ ਲਈਏ ਹੂੰ ਤੇ ਫਿਰ ਸਾਡੇ ਜਿਹੜੇ ਦਾਅਵੇ ਹਨਾ ਉਹ ਖਤਮ ਹੋ ਜਾਂਦੇ ਫਿਰ ਰਾਤ ਕਾਰਨ ਧਨ ਸੰਚੀ ਹੈ ਭਲਕੇ ਚੱਲਣ ਹੋਏ ਹੂੰ ਨਾਨਕ ਨਾਲ ਨਾ ਚੱਲੀ ਫਿਰ ਪਛਤਾਵਾ ਹੋਏ ਹੋਏ ਬਿਲਕੁਲ ਫਿਰ ਮਨੁੱਖ ਦੇ ਹੱਥ ਪਛਤਾਵਾ ਰਹਿ ਜਾਂਦਾ ਤੇ ਇਹ ਸੋਚ ਜਿਹੜੀ ਹੈਗੀ ਆ ਸਾਨੂੰ ਧਰਮਾਂ ਰਾਹੀਂ ਮਿਲੀ ਗੁਰੂ ਪੀਰਾਂ ਪਗੰਬਰਾਂ ਤੋਂ ਮਿਲੀ ਵੀ ਦੁਨਿਆਵੀ ਦੁਨੀਆ ਜਿਹੜੀ ਹੈ ਤੇਰਾ ਪੱਕਾ ਟਿਕਾਣਾ ਨਹੀਂ ਹੈ ਤੇਰਾ ਇਹ ਇੱਕ ਮੰਜ਼ਲ ਨਹੀਂ ਹੈ ਤੂੰ ਇਹਦੇ ਵਿੱਚ ਤਿਆਰੀ ਕਰਨੀ ਆ ਤੈਨੂੰ ਮੌਕੇ ਮਿਲਲੇ ਨੇ ਬਹੁਤ ਸਾਰੇ ਜਿਹੜੇ ਹੈਗੇ ਆ ਦੁੱਖ ਵੀ ਆਉਣਗੇ ਸੁੱਖ ਵੀ ਆਉਣਗੇ ਪਰ ਤੂੰ ਇਹਨਾਂ ਸਾਰਿਆਂ ਦੇ ਵਿੱਚ ਰਹਿੰਦਾ ਹੋਇਆ ਵੀ ਇੱਕ ਚੰਗਾ ਜੀਵਨ ਜਿਹੜਾ ਹੈਗਾ ਉਹ ਬਣਾਉਣ ਲਈ ਕਿਰਤ ਵੀ ਕਰ ਸੇਵਾ ਵੀ ਕਰ ਤੇ ਆਪਣਾ ਵੀ ਪਰਤਵਾਲਣਾ ਕਰਨੀ ਹੈ ਤੇ ਸਮਾਜ ਦੇ ਜਿਹੜੇ ਲੋੜਵੰਦਾਂ ਨੇ ਜਿੱਥੋਂ ਜਿੰਨੀ ਵੀ ਤੇਰੀ ਸਮਰੱਥਾ ਹੈਗੀ ਹੈ ਜਥਾ ਸ਼ਕਤ ਤੂੰ ਉਹ ਕੰਮ ਵੀ ਕਰਨਾ ਚਾਹੀਦਾ ਹੈ ਬਿਲਕੁਲ ਜੀ ਇਥੇ ਧਾਰਮਿਕ ਸੰਸਥਾਵਾਂ ਤੇ ਪ੍ਰਚਾਰ ਦੇ ਰੋਲ ਦੀ ਅਸੀਂ ਗੱਲ ਜ਼ਰੂਰ ਕਰਾਂਗੇ ਜੀ ਹਾਂ ਇਹਦੇ ਵਿੱਚ ਵਾਕਈ ਜਿਸ ਤਰ੍ਹਾਂ ਆਪਾਂ ਕੀਤੀ ਪਰਿਵਾਰ ਦੀ ਗੱਲ ਕੀਤੀ ਆ ਸਕੂਲ ਦੀ ਗੱਲ ਕੀਤੀ ਆ ਉਹਦੇ ਵਿੱਚ ਜਿਹੜੀਆਂ ਹੈਗੀਆਂ ਨੇ ਧਾਰਮਿਕ ਸੰਸਥਾਵਾਂ ਤੇ ਧਾਰਮਿਕ ਜਿਹੜੇ ਹੋਰ ਸਾਡੇ ਵਿਅਕਤੀ ਨੇ ਜਿਹੜੇ ਇਸ ਫੀਲਡ ਵਿੱਚ ਵਿਚਰਦੇ ਨੇ ਪ੍ਰਚਾਰ ਕਰਦੇ ਨੇ ਤੇ ਉਹਨਾਂ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਆ ਬਿਲਕੁਲ ਪਰ ਉਹ ਕੰਮ ਕਰਨ ਤੋਂ ਪਹਿਲਾਂ ਪ੍ਰਥਮੇ ਮਨ ਪਰਬੋਧੇ ਆਪਣਾ ਪਾਛੇ ਆਵ ਰਿਹਾਵੇ ਹੂੰ ਹੂੰ ਇਹ ਧਾਰਮਿਕ ਸੰਸਥਾਵਾਂ ਦੀ ਚਾਹੇ ਕੋਈ ਨਿੱਜੀ ਰੂਪ ਵਿੱਚ ਵਿਚਰ ਰਿਹਾ ਹੈਗਾ ਇਸ ਧਰਮ ਦੇ ਖੇਤਰ ਵਿੱਚ ਪ੍ਰਚਾਰ ਕਰਨਾ ਲੋਕਾਂ ਨੂੰ ਸੇਧ ਦੇਣ ਵਾਸਤੇ ਉਹ ਖੁਦ ਪਹਿਲਾ ਉਹਨਾਂ ਚੀਜ਼ਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰੇ ਜੀ ਜੀ ਤੇ ਫਿਰ ਉਹਦਾ ਜਿਹੜਾ ਪ੍ਰਚਾਰ ਆ ਉਹਦਾ ਬੋਲਿਆ ਹਾ ਕੋਈ ਵੀ ਸ਼ਬਦ ਜਿਹੜਾ ਹੈਗਾ ਦੂਜਿਆਂ ਵਾਸਤੇ ਵੀ ਪ੍ਰੇਰਣਾ ਸਰੋਤ ਬਣ ਜਾਂਦਾ ਜਣਾ ਬਿਲਕੁਲ ਬਿਲਕੁਲ ਤੇ ਇਹ ਬਹੁਤ ਵੱਡੀ ਭੂਮਿਕਾ ਨਿਭਾ ਸਕਦੇ ਨੇ ਤੇ ਆਪਾਂ ਦੇਖਦੇ ਹਾਂ ਵੀ ਸਮਾਜ ਦੇ ਵਿੱਚ ਜਿਹੜੇ ਹੈਗੇ ਨੇ ਬਹੁਤ ਸਾਰੀਆਂ ਜਿਹੜੀਆਂ ਸਵਾਵਾਆਂ ਨੇ ਵੱਖ-ਵੱਖ ਰੂਪਾਂ ਵਿੱਚ ਜਿਹੜਾ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਅ ਕਈ ਕਿਸੇ ਨੇ ਹੁਣ ਦੇਖੋ ਹਸਪਤਾਲਾਂ ਦੇ ਵਿੱਚ ਜਿਹੜੇ ਮਰੀਜ਼ ਨੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਦੂਜਿਆਂ ਨੂੰ ਖਾਣਾ ਪਹੁੰਚਾਉਣਾ ਜੀ ਜੀ ਬਿਲਕੁਲ ਇਹ ਜਿਹੜਾ ਟ੍ਰੈਂਡ ਇੱਕ ਨਵਾਂ ਸ਼ੁਰੂ ਹੋਇਆ ਮਤਲਬ ਆ ਇਹ ਬੜੀ ਲੋੜ ਸੀ ਜੀ ਇੱਕ ਤਾਂ ਲੋਕ ਪਹਿਲੇ ਬਹੁਤ ਦੁਖੀ ਹੁੰਦੇ ਨੇ ਫਿਰ ਉਹਨਾਂ ਨੂੰ ਦੂਰ ਦੂਰ ਤੱਕ ਚਲੋ ਆਪਣੇ ਘਰਾਂ ਤੋਂ ਚੱਲ ਜਾਂਦੇ ਨੇ ਆਪਣੇ ਮਰੀਜ਼ਾਂ ਨਾਲ ਜਾਣਾ ਪੈਂਦਾ ਹਸਤਾਲਾਂ ਵਿੱਚ ਉਹਨਾਂ ਵਾਸਤੇ ਖਾਣਾ ਪਹੁੰਚਾਉਣ ਦੀਆਂ ਬਹੁਤ ਸਾਰੀਆਂ ਸੁਭਾਵਾਂ ਜਿਹੜੀਆਂ ਨੇ ਉਹ ਕਰ ਰਹੀਆਂ ਨੇ ਦਵਾਈਆਂ ਦਾ ਵੀ ਅਸੀਂ ਦੇਖਦੇ ਹਾਂ ਬਹੁਤ ਸਾਰਾ ਲੋਕਾਂ ਨੇ ਯਤਨ ਕੀਤੇ ਨੇ ਹੁਣ ਬਹੁਤ ਸਾਰੇ ਆਪਾਂ ਇਸ ਕਿਸੇ ਦੇ ਵੀ ਜਿਹੜੇ ਦੇਖਦੇ ਜਿਹੜੇ ਵਿਦਿਆ ਨੂੰ ਸਿੱਖਿਆ ਨੂੰ ਮਤਲਬ ਆ ਪਹਿਲ ਦੇ ਰਹੇ ਨੇ ਤਾਂ ਕਿ ਉਹ ਆਪਣੇ ਪੈਰਾਂ ਦੇ ਉੱਤੇ ਵੀ ਖੜੇ ਹੋ ਸਕਣ ਜਿਹੜੇ ਲੋੜਵੰਦ ਨੇ ਬਿਲਕੁਲ ਜੀ ਤੇ ਇਸ ਕਿਸਮ ਦੇ ਜਿਹੜੇ ਹੈਗੇ ਰੂਪ ਨੇ ਸਾਡੇ ਕੋਲ ਸਵਾਮਾ ਦੇ ਵੀ ਨੇ ਤੇ ਉਹ ਲੋੜ ਆ ਕਿ ਹੋਰ ਸਮਰਪਤ ਜਿਹੜੇ ਹੋ ਕੇ ਭਾਵ ਨਾਲ ਨਾਲ ਆਪਾਂ ਬਿਲਕੁਲ ਸਹੀ ਗੱਲ ਹੈ ਇਹ ਸ੍ਰੀ ਗੁਰੂ ਅਮਰਦਾਸ ਜੀ ਨੂੰ ਕਿਸੇ ਨੇ ਕਹਿ ਦਿੱਤਾ ਸੀ ਕਿ ਤੂੰ ਨਿਗੁਰਾ ਹੈ ਤੇ ਉਹਨਾਂ ਦੇ ਮਨ ਦੇ ਉੱਤੇ ਇੰਨੀ ਠੇਸ ਪਹੁੰਚੀ ਕਿ ਉਹਨਾਂ ਗੁਰੂ ਅੰਗਦ ਦੇਵ ਸਾਹਿਬ ਨੂੰ ਆਪਣਾ ਗੁਰੂ ਧਾਰਿਆ ਉਮਰ ਤੋਂ ਬਹੁਤ ਵੱਡੇ ਸਨ ਤੁਸੀਂ ਜਾਣਦੇ ਹੋ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਬਹੁਤ ਛੋਟੇ ਸਨ ਪਰ ਉਹਨਾਂ ਇਹ ਨਹੀਂ ਦੇਖਿਆ ਕਿ ਉਹ ਛੋਟੇ ਨੇ ਉਹਨਾਂ ਇਹ ਨਹੀਂ ਦੇਖਿਆ ਮੇਰੇ ਤੋਂ ਮੇਰੀ ਉਮਰ ਬਹੁਤ ਵੱਡੀ ਹੈ ਪਰ ਉਹਨਾਂ ਨੇ ਲਗਾਤਾਰ ਉਹਨਾਂ ਦੀ ਸੇਵਾ ਕੀਤੀ ਉਹਨਾਂ ਲਈ ਪਾਣੀ ਦੀਆਂ ਗਾਗਰਾਂ ਵੀ ਲੈ ਕੇ ਆਉਣੀਆਂ ਭਰ ਕੇ ਬਿਆਸ ਦਰਿਆ ਤੇ ਉਤੋਂ ਇੱਕ ਸੇਵਾ ਦਾ ਰੂਪ ਸੀ ਜਿਹੜੀ ਅਸੀਂ ਉਹਨਾਂ ਨੇ ਸੱਚੇ ਮਨ ਦੇ ਨਾਲ ਸੇਵਾ ਕੀਤੀ ਤੇ ਐਸੇ ਗੁਰੂ ਐਸੇ ਸ਼ਿਸ਼ ਸਾਨੂੰ ਅੱਜ ਦੇ ਦੌਰ ਵਿੱਚ ਮਿਲਦੇ ਨੇ ਜੋ ਸੇਵਾ ਕਿਰਤ ਦੀ ਭਾਵਨਾ ਦੇ ਨਾਲ ਚੱਲਦੇ ਨੇ ਐਸੇ ਰਿਸ਼ਤੇ ਬਣਾ ਕੇ ਉਹਦੇ ਵਿੱਚ ਜੇ ਮੈਂ ਥੋੜਾ ਜਿਹਾ ਇੱਕ ਹੋਰ ਵਾਅਦਾ ਕਰਾਂ ਵੀ ਜਦੋਂ ਉਮਰ ਦੀ ਤੁਸੀਂ ਗੱਲ ਕਹਿਤੀ ਆ ਜੀ ਬਿਲਕੁਲ ਆਮ ਕਰਕੇ ਆਪਾਂ ਦੇਖਦੇ ਆ ਵੀ ਆ ਸੇਵਾ ਮੁਕਤੀ ਦਾ ਸਮਾਂ ਜਿਹੜਾ 58 ਸਾਲ ਰੱਖਿਆ ਗਿਆ ਹੈ ਬਿਲਕੁਲ ਤੇ ਕੁਝ 65 ਸਾਲ ਤੱਕ ਸਾਰਾ ਸੈਂਟਰਲ ਗਵਰਨਮੈਂਟ ਦੇ ਜਿੰਨੇ ਵੀ ਹੈਗੇ ਇੱਥੇ ਤੱਕ ਚੱਲਦਾ ਮੈਕਸਿਮਮ 70 ਸਾਲ ਤੱਕ ਉਹ ਕਰ ਕਰਾ ਕੇ ਲੈ ਜਾਂਦੇ ਆ ਜੀ 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 ਤੇ ਗੁਰੂ ਅਮਰਦਾਸ ਜੀ ਦਾ ਜਿਹੜਾ ਹੈਗਾ 72 ਸਾਲ 'ਚ ਆਏ ਨੇ ਅੱਛਾ 72 ਸਾਲ ਦੀ ਉਮਰ ਜੀ ਤੇ ਉਹ ਦੇਖੋ ਉਹਨਾਂ ਦਾ ਸਭ ਤੋਂ ਫੇਕ ਕੰਬੀ ਕਰਨ ਦੀ ਜਿਹੜੀ ਉਹਨਾਂ ਦੀ ਭਾਵਨਾ ਹੈਗੀ ਆ ਫਿਰ ਤੁਸੀਂ ਜ਼ਿਕਰ ਕੀਤਾ ਪਾਣੀ ਲਿਹਾਉਣ ਦੀ ਹਾਂਜੀ ਤੇ ਉਸ ਉਮਰ ਦੇ ਵਿੱਚ ਬੰਦੇ ਕੋਲੋਂ ਖੁਦ ਤੋਂ ਨਹੀਂ ਬਾਲਾ ਆਪਣਾ ਜਿਹੜਾ ਸੰਭਾਲਿਆ ਜਾਂਦਾ ਤੇ ਉਹਨਾਂ ਨੇ ਸਭ ਤੋਂ ਵੱਡਾ ਗਾਗਰ ਚੱਕ ਕੇ ਲਿਹਾਉਣ ਨਾਲ ਜਿਹੜੀ ਸੀ ਔਖਾ ਕੰਮ ਜਿਹੜਾ ਹੈਗਾ ਉਹ ਚੁਣਿਆ ਉਮਰ ਦਾ ਦੌਰ ਮਾਇਨੇ ਨਹੀਂ ਰੱਖਦਾ ਹਾਂ ਜਦੋਂ ਭਾਵਨਾ ਆ ਜਦੋਂ ਬਿਲਕੁਲ ਤੇ ਇਸ ਪੱਖ ਤੋਂ ਫਿਰ ਜਦੋਂ ਅਸੀਂ ਦੇਖਾਂਗੇ ਜਦੋਂ ਇਸ ਸੋਚ ਦੇ ਨਾਲ ਅਸੀਂ ਜਿਹੜਾ ਵਿਚਰਾਂਗੇ ਹੂੰ ਤੇ ਫਿਰ ਸਮਾਜ ਦੇ ਵਿੱਚ ਜਿਹੜਾ ਹੈਗਾ ਲਗਾਤਾਰ ਹੂੰ ਗੱਲ ਇਹ ਚਲਦੀ ਰਹਿੰਦੀ ਆ ਹਮੇਸ਼ਾ ਜੀ ਅਸੀਂ ਕਹੀਏ ਫਿਰ ਬੀਜ ਨਾਸ ਨਹੀਂ ਹੁੰਦੇ ਅੱਜ ਵੀ ਬਹੁਤ ਸਾਰੇ ਜਿਹੜੇ ਲੋਕ ਨੇ ਸਮਾਜ ਦੇ ਵਿੱਚ ਸਾਨੂੰ ਐਸੇ ਮਿਲ ਜਾਣਗੇ ਕਿ ਜਿਹੜੇ ਸਮਰਪਿਤ ਹੋ ਕੇ ਸੇਵਾ ਕਰ ਰਹੇ ਨੇ ਤੇ ਉਹ ਆਪਾ ਖੋ ਕੇ ਆਪਾ ਪੁਲਾ ਕੇ ਜਿਹੜੇ ਆ ਲੱਗੇ ਹੋਏ ਨੇ ਤੇ ਇਹ ਹੀ ਲੋਕ ਜਿਹੜੇ ਆ ਸਮਾਜ ਦੇ ਸਰਮੋਹਰ ਨੇ ਗਹਿਣੇ ਨੇ ਜੀ ਸੋਭਾ ਵਧਾਉਣ ਵਾਲੇ ਨੇ ਜੀ ਬਿਲਕੁਲ ਅਸਲ ਜਿਹੜੀ ਹੈ ਜ਼ਿੰਦਗੀ ਉਹ ਜਿਉ ਰਹੀ ਹੈ ਜਿਉ ਰਹੀ ਹੈ ਜੀ ਤੇ ਡਾਕਟਰ ਮਰਜੀਤ ਸਿੰਘ ਜੀ ਹੁਣ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੋਈ ਨਾ ਕੋਈ ਸੁਨੇਹਾ ਜ਼ਰੂਰ ਦਿਓ ਸੁਨੇਹਾ ਇਹ ਹੀ ਹੈ ਜਿੱਦਾਂ ਤੁਸੀਂ ਅੱਜ ਵਿਸ਼ਾ ਬੜਾ ਵਧੀਆ ਰੱਖਿਆ ਇਹ ਜੀਵਨ ਯੁਕਤ ਅਸੀਂ ਸੱਚਜੀ ਵੀ ਬਣਾ ਸਕਦੇ ਆ ਤੇ ਇੱਕ ਚੱਜੀ ਵੀ ਹੋ ਸਕਦੀ ਆ ਜੀ ਬਿਲਕੁਲ ਤੇ ਜਿਸ ਤਰ੍ਹਾਂ ਸੇਵਾ ਤੇ ਕਿਰਤ ਜੀ ਇਹ ਜੇ ਸੀ ਧਾਰਨ ਕਰਕੇ ਆਪਣੇ ਜੀਵਨ ਦੇ ਵਿੱਚ ਚਲਾਂਗੇ ਤੇ ਸਾਡ ਜਿਹੜੀ ਹੈਗੀ ਸਚੱਜੀ ਜੀਵਨ ਯੋਗਤ ਬਣ ਜਾਏਗੀ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਪਾਸੇ ਹਟ ਕੇ ਸਵਾਰਥੀ ਹੋ ਕੇ ਇੱਕ ਜਿੰਦਗੀ ਜੀਵਾਂਗੇ ਵਿਲੜ ਰਹਿ ਕੇ ਜਿੰਦਗੀ ਜੀਵਾਂਗੇ ਦੂਜਿਆਂ ਤੇ ਭਾਰ ਬਣ ਕੇ ਬੋਝ ਬਣ ਕੇ ਜਿਹੜਾ ਹੈਗਾ ਜਿੰਦਗੀ ਜੀਵਾਂਗੇ ਤੇ ਅਸੀਂ ਇੱਕ ਕੁਚੱਜੀ ਜੀਵਨ ਯੋਗਤ ਦੇ ਧਾਰਨੇ ਹੋਵਾਂਗੇ ਉਹਦੇ ਵਿੱਚ ਨਾ ਸਾਡਾ ਕੋਈ ਸਵੈ ਸਤਕਾਰ ਆ ਨਾ ਸਾਨੂੰ ਜਿਹੜਾ ਹੈ ਲੋਕਾਂ ਵੱਲੋਂ ਕੋਈ ਸੋਭਾ ਵਾਲੀ ਗੱਲ ਮਿਲਣੀ ਆ ਤੇ ਲੋੜ ਆ ਕਿ ਆਪਾਂ ਸੇਵਾ ਤੇ ਕਿਰਤ ਦੇ ਨਾਲ ਵੀ ਜੁੜੀਏ ਅਨ ਬਾਕੀ ਵੀ ਜਿਹੜੇ ਸਬਰ ਸੰਤੋਖ ਇਹ ਜਿਹੜੇ ਗੁਣ ਨੇ ਉਹਨਾਂ ਦੇ ਧਾਰਨੀ ਹੋ ਜੇ ਇਮਾਨਦਾਰੀ ਜਿਹੜੀ ਆ ਸਾਡੀ ਜ਼ਿੰਦਗੀ ਵਿੱਚ ਆਵੇ ਤੇ ਸੱਚੇ ਮਨ ਦੇ ਨਾਲ ਸੀ ਜਿਹੜਾ ਹੈਗਾ ਦੂਜਿਆਂ ਦੇ ਦੁੱਖ ਨੂੰ ਆਪਣਾ ਦੁੱਖ ਸਮਝੀਏ ਸਾਰੇ ਅਸੀਂ ਜਿਹੜੇ ਸਮੁੱਚੀ ਮਾਨਵਤਾ ਉਹਨੂੰ ਆਪਾਂ ਇੱਕ ਭੈਣ ਭਰਾ ਵਾਲਾ ਦਰਜਾ ਦੇ ਕੇ ਉਹ ਸੋਚ ਦੇ ਧਾਰਨੀ ਹੋ ਜੇ ਤੇ ਜੋ ਆਦਰਸ਼ ਹੈ ਇਹ ਸਮਾਜ ਨੂੰ ਇਹ ਸੰਸਾਰ ਨੂੰ ਇਕ 대비 ਰਾਜ ਦੇ ਵਿੱਚ ਚੇਤਨਾ ਜਿਹੜਾ ਹੈਗਾ ਜਾਂ ਉਸ ਅਵਸਥਾ ਤੱਕ ਪਹੁੰਚਾਉਣਾ ਜਿਹੜਾ ਹੈ ਉਹ ਫੇਰ ਹੀ ਸੰਭਵ ਹੈ ਸੰਭਵ ਹੈ ਬਿਲਕੁਲ ਜੀ ਤੇ ਮੇਗਾ ਜੇ ਆਪਾਂ ਗੱਲ ਕਰਦੇ ਹਾਂ ਗੁਰਬਾਣੀ ਬਹੁਤ ਵਿਸ਼ਾਲ ਹੈ ਜਿਹਨੇ ਪਲ-ਪਲ ਸਾਨੂੰ ਸਮਝਾਇਆ ਹੈ ਗੁਰਬਾਣੀ ਨੇ ਕਿਹਾ ਹੈ ਕਿ ਤ੍ਰਿਗ ਤਿਨਾਂ ਦਾ ਜੀਵਨਾ ਜਿੰਨੇ ਖਾ-ਖਾ ਵਿਧਾਇਆ ਪੇਟ ਤੇ ਵਕਈ ਸਾਨੂੰ ਕਿਰਤ ਕਰਨੀ ਚਾਹੀਦੀ ਹੈ ਜੇ ਖਾਣਾ ਹੈ ਜੇ ਪੀਣਾ ਹੈ ਉਸ ਸੰਸਾਰ ਖਾਈਏ ਪੀਏ ਕਿ ਅਸੀਂ ਆਪਣੀ ਕਿਰਤ ਨੂੰ ਸੱਚਾ ਸਚਜਾ ਰੂਪ ਦੇ ਸਕੀਏ ਕਿਰਤ ਤੇ ਸੇਵਾ ਦੇ ਨਾਲ ਸਾਨੂੰ ਆਪਣੀ ਜ਼ਿੰਦਗੀ ਢਾਲਣੀ ਪਵੇਗੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਿਰਤ ਸੇਵਾ ਤੇ ਜੀਵਨ ਜੀਆਜ ਦੇ ਉੱਤੇ ਅਸੀਂ ਗੱਲਬਾਤ ਕੀਤੀ ਆਸ ਹੈ ਕਿ ਦਰਸ਼ਕਾਂ ਨੂੰ ਵੀ ਗੱਲਬਾਤ ਪਸੰਦ ਆਈ ਹੋਵੇਗੀ ਦਰਸ਼ਕੋ ਹਮੇਸ਼ਾ ਸਾਡੇ ਨਾਲ ਜੁੜੇ ਰਹੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ